ਸ੍ਰੀਕਾਲ ਜੀ, ਮੈਂ ਤੁਹਾਡਾ ਹੋਸਟ ਦੋਸਤ ਹਰਕੀਰਤ ਸਿੰਘ ਆਲੂਵਾਲੀਆ। ਹਰ ਵੀਕ ਦੀ ਤਰ੍ਹਾਂ ਇਸ ਵੀਕ ਵੀ ਤੁਹਾਡੇ ਲਈ ਮੈਂ ਲੈ ਕੇ ਹਾਜ਼ਰ ਹਾਂ ਤੁਹਾਡਾ ਹਰਮਨ ਪਿਆਰਾ ਪ੍ਰੋਗਰਾਮ ਬਿਜ਼ਨਸ ਆਫ ਦਾ ਵੀਕ। ਮੈਨੂੰ ਪਤਾ ਹੈ ਇਸ ਪ੍ਰੋਗਰਾਮ ਦੀ ਤੁਹਾਨੂੰ ਉਡੀਕ ਰਹਿੰਦੀ ਹੈ ਔਰ ਤੁਸੀਂ ਇਹ ਸੋਚਦੇ ਹੋਣੇ ਹੋ ਕਿ ਹਰਕੀਰਤ ਅੱਜ ਕਿਹਦੇ ਨਾਲ ਮਿਲਵਾਏਗਾ ਔਰ ਕਿਸ ਬਿਜ਼ਨਸ ਬਾਰੇ ਸਾਨੂੰ ਦੱਸੇਗਾ। ਇੱਕ ਫਰੈਂਚਾਈਜ਼ੀ ਹੈ ਜੋ ਕਿ ਪ੍ਰੋਗਰੈਸਿਵ ਹੋ ਰਹੀ ਹੈ ਨੇਸ਼ਨ ਵਾਈਡ। ਗਰੋਸਰੀ ਸਟੋਰ ਤਾਂ ਵੈਸੇ ਕਈ ਸਾਰੇ ਹਨ, ਲੇਕਿਨ ਜਦ ਆਪਣਾ ਗਰੋਸਰੀ ਸਟੋਰ ਦੀ ਗੱਲ ਕਰੀਏ, ਆਪਣੇ ਦੇਸੀ ਸਟਾਈਲ ਦੀ ਗੱਲ ਕਰੀਏ, ਤਾਂ ਇੱਕ ਅਜਿਹੀ ਫਰੈਂਚਾਈਜ਼ੀ ਹੈ ਜਿਹਨੇ ਨੇਸ਼ਨ ਵਾਈਡ ਨਾਮ ਕਮਾਇਆ ਔਰ ਜਿਸ ਏਰੀਆ ਦੇ ਵਿੱਚ ਮੈਂ ਖੜ੍ਹਾ ਇਸ ਏਰੀਆ ਨੇ ਵੀ ਨੇਸ਼ਨ ਵਾਈਡ ਆਪਣਾ ਨਾਮ ਕਮਾਇਆ। ਪੰਜਾਬੀਆਂ ਨੇ ਆਪਣੀ ਮਿਹਨਤ ਦੇ ਸਦਕਾ ਇੱਥੇ ਵੀ ਆਪਣੇ ਕਾਰੋਬਾਰ ਨੂੰ ਅੱਗੇ ਵਧਾਇਆ। ਮੈਂ ਇਸ ਟਾਈਮ ਮੌਜੂਦ ਹਾਂ ਜੀ ਰਿਚਮੰਡ ਹਿੱਲ ਏਰੀਆ ਨਿਊਯਾਰਕ ਦੇ ਵਿੱਚ। ਮੈਂ ਇਸ ਟਾਈਮ ਰਿਚਮੰਡ ਹਿੱਲ ਏਰੀਆ ਦੇ ਬਿਲਕੁਲ ਦਿਲ ਦੇ ਵਿੱਚ ਖੜ੍ਹਾ, ਐਟਲਾਂਟਿਕ ਐਵਨਿਊ ਦੇ ਉੱਤੇ ਖੜ੍ਹਾ ਜੋ ਕਿ ਸੈਂਟਰ ਮੰਨਿਆ ਜਾਂਦਾ ਹੈ। ਐਟਲਾਂਟਿਕ ਐਵਨਿਊ ਦੇ ਵਿੱਚ ਇੱਕ ਖੁਸ਼ਖਬਰੀ ਪੰਜਾਬੀਆਂ ਦੇ ਲਈ ਆਈ ਹੈ। ਜੀ ਹਾਂ, ਇੱਥੇ ਤੁਹਾਡਾ ਆਪਣਾ ਬਾਜ਼ਾਰ ਖੁੱਲ੍ਹ ਚੁੱਕਿਆ ਹੈ ਜੋ ਕਿ ਐਟਲਾਂਟਿਕ ਐਵਨਿਊ ਰਿਚਮੰਡ ਹਿੱਲ ਏਰੀਆ ਦੇ ਵਿੱਚ 114-115 ਸਟਰੀਟ ਦੇ ਬਿਲਕੁਲ ਵਿਚਕਾਰ ਹੈ। ਇਸ ਬਿਜ਼ਨਸ ਬਾਰੇ ਮੈਂ ਤੁਹਾਨੂੰ ਦੱਸੂਗਾ ਕਿਵੇਂ ਆਪਣਾ ਬਾਜ਼ਾਰ ਫਰੈਂਚਾਈਜ਼ੀ ਪ੍ਰੋਗਰੈਸਿਵ ਹੋ ਰਹੀ ਹੈ, ਇਸ ਬਾਰੇ ਵੀ ਮੈਂ ਤੁਹਾਨੂੰ ਦੱਸੂਗਾ ਔਰ ਕੀ ਕੁਝ ਫੈਸਿਲਿਟੀਜ਼ ਔਰ ਕੀ ਕੁਝ ਸਰਵਿਸਿਜ਼ ਆਪਣਾ ਬਾਜ਼ਾਰ ਐਟਲਾਂਟਿਕ ਐਵਨਿਊ ਰਿਚਮੰਡ ਹਿੱਲ ਏਰੀਆ ਦੇ ਇਸ ਫਰੈਂਚਾਈਜ਼ੀ ਦੇ ਵਿੱਚ ਹੈ ਉਸ ਬਾਰੇ ਵੀ ਦੱਸੂਗਾ ਔਰ ਕੌਣ ਹੈ ਆਪਣਾ ਬਾਜ਼ਾਰ ਦਾ ਮਾਲਕ ਔਰ ਕਿਸ ਤਰੀਕੇ ਦੀ ਪਰਸਨੈਲਿਟੀ ਹੈ ਇਹਨਾਂ ਦੇ ਫਰੈਂਚਾਈਜ਼ੀ ਓਨਰ। ਕਰਾਂਗੇ ਅੱਜ ਲੱਕੀ ਭਾਅ ਜੀ ਨਾਲ ਮੁਲਾਕਾਤ ਔਰ ਜਾਣਾਂਗੇ ਉਹਨਾਂ ਦੀ ਸਕਸੈਸ ਸਟੋਰੀ ਬਿਜ਼ਨਸ ਆਫ ਦਾ ਵੀਕ ਦੇ ਵਿੱਚ। ਅਤੇ ਲਓ ਜੀ, ਸਾਡੀ ਟੀਮ ਪਹੁੰਚ ਚੁੱਕੀ ਹੈ ਐਟਲਾਂਟਿਕ ਐਵਨਿਊ ਰਿਚਮੰਡ ਹਿੱਲ ਔਰ ਅੱਜ ਤੁਹਾਨੂੰ ਅਸੀਂ ਆਪਣਾ ਬਾਜ਼ਾਰ ਜੋ ਕਿ ਹੈ ਫਰੈਂਚਾਈਜ਼ੀ ਹੈ ਉਹਦੇ ਬਾਰੇ ਦੱਸ ਵੀ ਰਹੇ ਹਾਂ ਔਰ ਕਿਵੇਂ ਇਹ ਪ੍ਰੋਗਰੈਸਿਵ ਵੀ ਹੋ ਰਹੀ ਹੈ ਨੇਸ਼ਨ ਵਾਈਡ ਔਰ ਇਸ ਪਰਟੀਕੁਲਰ ਜਿਹੜੀ ਫਰੈਂਚਾਈਜ਼ੀ ਨੂੰ ਕੌਣ ਮੈਨੇਜ ਕਰਦਾ ਔਰ ਕੀ ਕੁਝ ਫੈਸਿਲਿਟੀ ਰਿਚਮੰਡ ਹਿੱਲ ਏਰੀਆ ਐਟਲਾਂਟਿਕ ਐਵਨਿਊ ਦੇ ਵਿੱਚ ਅਵੇਲੇਬਲ ਹੈਗੀ ਹੈ ਸਾਰੇ ਪੰਜਾਬੀਆਂ ਦੇ ਲਈ, ਤਾਂ ਆਓ ਜਾਣਦੇ ਹਾਂ ਔਰ ਮਿਲਦੇ ਹਾਂ ਕੌਣ ਸੰਭਾਲਦਾ ਇਸ ਸਟੋਰ ਨੂੰ। ਆਓ ਚਲੀ ਅੰਦਰ। ਸਤਿ ਸ਼੍ਰੀ ਅਕਾਲ ਭਾਅ ਜੀ, ਕਿੱਦਾਂ? ਲੱਕੀ ਭਾਅ ਜੀ, ਲੱਕੀ ਭਾਅ ਜੀ, ਓਹੋ ਹੋ ਯਾਰ ਭਾਅ ਜੀ, ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਭਾਅ ਜੀ? ਬਸ ਵਧੀਆ ਜੀ, ਠੀਕ ਹੋ? ਵੈਲਕਮ ਭਾਅ ਜੀ, ਆਪਣੇ ਬਾਜ਼ਾਰ ਦੇ ਵਿੱਚ ਆਉਣ ਦੇ ਬਹੁਤ ਧੰਨਵਾਦ। ਥੈਂਕ ਯੂ ਭਾਅ ਜੀ। ਸੋ ਇਹ ਨੇ ਲੱਕੀ ਭਾਅ ਜੀ ਜੋ ਕਿ ਮੈਨੇਜ ਕਰਦੇ ਹਨ ਇਸ ਪੂਰੇ ਸਟੋਰ ਨੂੰ ਔਰ ਬਿਜ਼ਨਸ ਆਫ ਦਾ ਵੀਕ ਦੇ ਵਿੱਚ ਇਸ ਸਟੋਰ ਦੀ ਕੀ ਖਾਸੀਅਤ ਹੈ, ਕੀ ਕੁਝ ਸਰਵਿਸਿਜ਼ ਇੱਥੇ ਅਵੇਲੇਬਲ ਹਨ? ਐਟਲਾਂਟਿਕ ਐਵਨਿਊ ਰਿਚਮੰਡ ਹਿੱਲ ਏਰੀਆ ਜਿਹੜਾ ਹੈਗਾ, ਮੈਂ ਤੁਹਾਨੂੰ ਦੱਸ ਰਿਹਾ ਸੀਗਾ ਕਿ ਇਹਨੂੰ ਦਿਲ ਮੰਨਿਆ ਜਾਂਦਾ ਇਸ ਏਰੀਏ ਦਾ ਔਰ ਇਸ ਦਿਲ ਦੇ ਵਿੱਚ ਆਹ ਜਿਹੜਾ ਫਰੈਂਚਾਈਜ਼ੀ ਹੈ ਆਪਣਾ ਬਾਜ਼ਾਰ ਦੀ ਆਹ ਖੁੱਲ੍ਹ ਗਈ ਹੈ ਔਰ ਇਸ ਸਟੋਰ ਨੂੰ ਮੈਨੇਜ ਕਰਨ ਵਾਲੇ ਲੱਕੀ ਭਾਅ ਜੀ ਵੀ ਐਕਸਾਈਟਡ ਹਨ ਅੱਜ ਔਰ ਸਾਨੂੰ ਦੱਸਣਗੇ ਕਿ ਕੁਝ ਖਾਸ ਇਸ ਸਟੋਰ ਦੇ ਵਿੱਚ ਮਿਲਦਾ ਹੈਗਾ ਔਰ ਕੀ ਕੁਝ ਤੁਸੀਂ ਲੈ ਕੇ ਜਾ ਸਕਦੇ ਹੋ ਆਪਣੇ ਘਰ ਦੇ ਵਿੱਚ ਔਰ ਜੇਕਰ ਤੁਸੀਂ ਹਜੇ ਤੱਕ ਨਹੀਂ ਪਹੁੰਚੇ ਹੋ ਤਾਂ ਫਿਰ ਛੇਤੀ ਆ ਜਾਓ ਕਿਉਂਕਿ ਮੈਂ ਤੁਹਾਨੂੰ ਅੱਜ ਇਸ ਸ਼ੋਅ ਦੇ ਤਹਿਤ ਜੋ ਕੁਝ ਦੱਸਣ ਵਾਲਾ ਤੁਹਾਡਾ ਆਪਣਾ ਆਪ ਦਾ ਮਨ ਕਰੇਗਾ ਕਿ ਮੈਂ ਅੱਜ ਗਰੋਸਰੀ ਕਰਨ ਜਾਣਾ ਹੈ ਔਰ ਉਹ ਵੀ ਐਟਲਾਂਟਿਕ ਐਵਨਿਊ ਕਿੱਥੇ ਆਪਣਾ ਬਾਜ਼ਾਰ ਦੇ ਵਿੱਚ। ਤਾਂ ਆਓ ਕਰੀਏ ਗੱਲਾਂ ਬਾਤਾਂ ਜਾਰੀ ਔਰ ਕਰੀਏ ਇਸ ਪੂਰੇ ਸਟੋਰ ਦਾ ਮੁਆਇਨਾ ਕੀ ਕੁਝ ਮਿਲਦਾ ਆਓ ਵੇਖ ਲੈਂਦੇ ਹਾਂ। ਲੱਕੀ ਭਾਅ ਜੀ, ਚੜ੍ਹਦੀ ਕਲਾ, ਸਭ ਵਧੀਆ। ਅਤੇ ਸ਼ੁਰੂਆਤ ਅਸੀਂ ਪ੍ਰੋਗਰਾਮ ਦੀ ਅਸੀਂ ਤਾਜ਼ੀਆਂ ਸਬਜ਼ੀਆਂ ਤੋਂ ਕਰਨਾ ਚਾਹੁੰਦੇ ਹਾਂ ਅਤੇ ਜਿਵੇਂ ਹੀ ਮੈਂ ਮੁੜਿਆ ਤਾਂ ਦੇਖੋ ਜੀ ਮੈਨੂੰ ਮਿਲ ਗਿਆ ਆਪਣਾ ਸਰ੍ਹੋਂ ਦਾ ਸਾਗ ਅਤੇ ਹੁਣ ਮੱਕੇ ਦੀ ਰੋਟੀ ਤਾਂ ਭਾਅ ਜੀ ਮੈਨੂੰ ਖਿਲਾਈ ਦੇਣਗੇ। ਤਾਂ ਮੈਂ ਜਿਵੇਂ ਤੁਹਾਨੂੰ ਦੱਸਣਾ ਕਿ ਆਪਣਾ ਬਾਜ਼ਾਰ ਜਿਹੜੀ ਫਾਰਮਰਸ ਮਾਰਕੀਟ ਹੈ ਮਸ਼ਹੂਰ ਹੈਗੀ ਹੈ ਇਹਨਾਂ ਦੀ ਤਾਜ਼ੀਆਂ ਸਬਜ਼ੀਆਂ ਦੇ ਲਈ, ਤਾਜ਼ੇ ਫਲਾਂ ਦੇ ਲਈ। ਅਤੇ ਮੈਂ ਜਿਵੇਂ ਵੇਖ ਪਾ ਰਿਹਾ ਕਿ ਇੱਥੇ ਪੀਲੀ ਜਿਹੜੀ ਆਪਣੀ ਸ਼ਿਮਲਾ ਮਿਰਚ ਹੈ, ਹਰੀ ਸ਼ਿਮਲਾ ਮਿਰਚ ਹੈ, ਲਾਲ ਜਿਹੜੀ ਸ਼ਿਮਲਾ ਮਿਰਚ ਹੈ ਅਤੇ ਵੱਖ ਵੱਖ ਜਿਹੜੀਆਂ ਵਰਾਇਟੀਆਂ ਹਨ ਮੌਜੂਦ ਹੈਗੀਆਂ ਸਬਜ਼ੀਆਂ ਦੇ ਵਿੱਚ ਵੀ ਵਰਾਇਟੀਆਂ ਹੁੰਦੀ ਹੈ। ਅਤੇ ਭਾਅ ਜੀ ਕਿਵੇਂ ਮੈਨੇਜ ਕਰਦੇ ਤੁਸੀਂ ਸਾਰੀ ਸਬਜ਼ੀਆਂ? ਮੈਨੂੰ ਬੜੀ ਫਰੈਸ਼ ਨਜ਼ਰ ਆ ਰਹੀਆਂ ਨੇ ਭਾਅ ਜੀ। ਅਸੀਂ ਸਬਜ਼ੀਆਂ ਉਨੀਆਂ ਕੁ ਇੱਥੇ ਪਾਉਂਦੇ ਹਾਂ ਕਿ ਹਰ ਵਿਦ ਇਨ 2 ਆਵਰਸ ਬੋਕਸ ਅਸੀਂ ਚੇਂਜ ਕਰਦੇ ਰਹਿੰਦੇ ਹਾਂ ਭਾਅ ਜੀ, ਅਤੇ ਹਰ ਅਸੀਂ ਕੁਆਲਿਟੀ ਦਾ ਧਿਆਨ ਰੱਖਦੇ ਹਾਂ, ਹਰ ਚੀਜ਼ ਦਾ ਧਿਆਨ ਰੱਖਦੇ ਹਾਂ ਕਿ ਬਿਲਕੁਲ ਫਰੈਸ਼ ਟੂ ਫਰੈਸ਼ ਚੀਜ਼ ਇੱਥੇ ਲਾਈ ਜਾਵੇ ਕਿ ਜਿਹਦੇ ਨਾਲ ਕਸਟਮਰ ਆਵੇ ਅਤੇ ਵਧੀਆ ਵਧੀਆ ਸਬਜ਼ੀਆਂ ਇੱਥੋਂ ਲੈ ਕੇ ਜਾ ਸਕੇ। ਮੈਂ ਜਿਵੇਂ ਤੁਸੀਂ ਕੁਆਲਿਟੀ ਦੀ ਗੱਲ ਕੀਤੀ ਤਾਂ ਤੁਸੀਂ ਵੇਖ ਸਕਦੇ ਹੋ ਕਿੰਨੇ ਵਧੀਆ ਤਰੀਕੇ ਨਾਲ ਇਹਨੂੰ ਰੈਪ ਕਰਕੇ ਬਕਾਇਦਾ ਪੋਲੀਥਿਨ ਦੇ ਵਿੱਚ ਬੰਦ ਗੋਭੀ ਨੂੰ ਰੱਖਿਆ ਹੋਇਆ ਤਾਂ ਕਿ ਕਿਉਂਕਿ ਕਦੀ ਕਦਾਰ ਕੋਈ ਕਸਟਮਰਸ ਆਉਂਦੇ ਹਨ ਇਹਨੂੰ ਹੱਥ ਲਾਉਂਦੇ ਹਨ ਤਾਂ ਉਹ ਹੱਥ ਨਹੀਂ ਲੱਗਦਾ, ਅਤੇ ਆਈ ਥਿੰਕ ਦਿਸ ਇਜ਼ ਵਨ ਆਫ ਦੀ ਬੈਸਟ ਥਿੰਗ। ਜੋ ਸਬਜ਼ੀਆਂ ਅਸੀਂ ਛਿਲਕੇ ਨਹੀਂ ਖਾਂਦੇ ਉਹਨੂੰ ਰੈਪ ਕਰਕੇ ਇੱਥੇ ਰੱਖਿਆ ਹੋਇਆ। ਅਤੇ ਭਾਅ ਜੀ ਹੋਰ ਕੀ ਕੁਝ ਕੁਆਲਿਟੀ ਹੈਗੀ ਹੈ ਸਬਜ਼ੀਆਂ ਦੇ ਵਿੱਚ ਜੇਕਰ ਗੱਲ ਕਰੀਏ ਤਾਂ? ਭਾਅ ਜੀ ਸਬਜ਼ੀਆਂ ਵਿੱਚ ਮੋਸਟਲੀ ਇੰਡੀਅਨਸ ਸਾਰੀ ਕੁਆਲਿਟੀ ਸਾਡੇ ਸਭ ਕੁਛ ਹੈਗਾ ਸਬਜ਼ੀਆਂ, ਜਿਵੇਂ ਬੰਦ ਗੋਭੀ, ਬਰੋਕਲੀ, ਇੰਡੀਅਨ ਲੌਂਗ ਸਕੁਐਸ਼ ਸਕੁਐਸ਼ ਭਾਅ ਜੀ, ਮੂਲੀ ਹੋ ਗਈ, ਤੁਸੀਂ ਦੇਖ ਕੇ ਆਏ ਉੱਧਰ ਸਾਗ ਪੱਤੇ ਵਾਲੀ ਹਰ ਸਬਜ਼ੀ ਸਾਡੇ ਇੱਥੇ ਅਵੇਲੇਬਲ ਹੈਗੀ ਸਾਡੇ ਕੋਲ। ਅਤੇ ਫਰੈਸ਼ ਅਨੀਅਨਸ ਦਾ ਵੀ ਮੈਂ ਬੈਗ ਥੱਲੇ ਵੇਖ ਪਾ ਰਿਹਾ, ਉਹ ਬੈਗਸ ਵੀ ਇੱਥੇ ਅਵੇਲੇਬਲ ਨੇ। ਅਤੇ ਕਿੰਨੀ ਕੁ ਇਹਦਾ ਦਾਮ ਹੋਏਗਾ? 50 LP ਦਾ ਬੈਗ ਹੈਗਾ, ਨੈੱਟ ਵੇਟ ਇਹਦਾ 22.7 ਕਿਲੋ ਹੈਗਾ। ਅਤੇ ਕਿੰਨੇ ਦਾ ਬੈਗ ਹੋਏਗਾ? ਭਾਅ ਜੀ ਅਰਾਊਂਡ $23 ਦਾ ਬੈਗ ਹੈਗਾ। ਆਰ ਯੂ ਸੀਰੀਅਸ? ਯੈਸ, ਬਹੁਤ ਸਸਤੇ ਦਾਮਾਂ 'ਤੇ ਤੁਹਾਨੂੰ ਇਹ ਬੈਗ
22 ਕਿਲੋ ਦਾ ਮਿਲ ਜਾਏਗਾ। ਫਰੈਸ਼ ਅਨੀਅਨ ਲੱਗ ਰਹੇ ਨੇ ਐਂਡ ਬਹੁਤ ਸਾਰੀਆਂ ਹੋਰ ਵੀ ਇੱਥੇ ਆਈਟਮਸ ਨੇ ਅਤੇ ਗਾਰਲਿਕ ਇਹਨਾਂ ਦੇ ਕੋਲ ਇੱਥੇ ਮੌਜੂਦ ਹੈ। ਇੱਥੇ ਇਹਨਾਂ ਦੇ ਕੋਲ ਫਰੈਸ਼ ਮਸ਼ਰੂਮਸ ਮੈਂ ਵੇਖ ਪਾ ਰਹੇ ਹਾਂ, ਪੈਕ ਹੋਈ ਹੋਈ ਹੈ ਡੱਬੇ ਦੇ ਵਿੱਚ, ਉਹ ਵੀ ਇੱਥੇ ਮੌਜੂਦ ਹੈ। ਸੋ ਜੇ ਹਜੇ ਤੱਕ ਤੁਸੀਂ ਨਹੀਂ ਪਹੁੰਚੇ ਅਟਲਾਂਟਿਕ ਐਵਨਿਊ ਆਪਣਾ ਬਾਜ਼ਾਰ, ਤਾਂ ਛੇਤੀ ਆ ਜਾਓ ਅਤੇ ਤਾਜ਼ੀ ਸਬਜ਼ੀਆਂ ਦਾ ਵੀ ਆਨੰਦ ਤੁਸੀਂ ਲੈ ਸਕਦੇ ਹੋ। ਵਾਹ ਜੀ ਵਾਹ, ਕਿੰਨਾ ਵਧੀਆ। ਤੁਸੀਂ ਦੇਖ ਸਕਦੇ ਹੋ ਜੀ, ਤਿੰਨ ਪ੍ਰਕਾਰ ਦੇ ਖੀਰਾ ਇੰਨੇ ਹੈਗੇ ਨੇ, ਜਿਵੇਂ ਤੁਸੀਂ ਬੈਂਗਣ ਲਾ ਲਓ, ਐਗ ਪਲਾਂਟਸ, ਚਾਰ ਤਰ੍ਹਾਂ ਦੇ ਐਗ ਪਲਾਂਟਸ ਨੇ। ਅਤੇ ਸਬਜ਼ੀਆਂ ਦੇ ਵਿੱਚ ਵੀ ਮੈਂ ਵੇਖ ਪਾ ਰਿਹਾ ਵੱਖ ਵੱਖ ਕਿਸਮ ਦੀ ਜਿਹੜੀ ਵਰਾਇਟੀ ਆ ਉਹ ਇੱਥੇ ਮੌਜੂਦ ਹੈ। ਜੇਕਰ ਮੈਂ ਐਗ ਪਲਾਂਟਸ ਦੀ ਗੱਲ ਕਰਾਂ, ਬੈਂਗਣਾਂ ਦੀ ਗੱਲ ਕਰਾਂ, ਅਤੇ ਕਾਲੇ ਬੈਂਗਣ ਵੀ ਇੱਥੇ ਮੌਜੂਦ ਨੇ, ਜਾਮਣੀ ਬੈਂਗਣ ਵੀ ਇੱਥੇ ਮੌਜੂਦ ਨੇ, ਅਤੇ ਹੋਰ ਜਿਹੜੀ ਵਰਾਇਟੀ ਹੈ ਬੈਂਗਣਾਂ ਦੀ ਉਹ ਵੀ ਇੱਥੇ ਮੌਜੂਦ ਹੈ। ਹੋਲੈਂਡ ਤੋਂ ਬਕਾਇਦਾ ਤੌਰ ਦੇ ਉੱਤੇ ਇਹਨੂੰ ਐਕਸਪੋਰਟ ਕੀਤਾ ਗਿਆ, ਹੋਲੈਂਡ ਤੋਂ ਇੰਪੋਰਟ ਕੀਤਾ ਗਿਆ, ਆਮ ਰੀਲੀ ਸੋਰੀ। ਅਤੇ ਉਹ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਉਹ ਵੀ ਬੇਬੀ ਐਗ ਪਲਾਂਟ ਇੱਥੇ ਮੌਜੂਦ ਹੈ। ਸੋ ਦੇ ਹੈਵ ਅ ਡਿਫਰੈਂਟ ਵਰਾਇਟੀਜ਼। ਜੇਕਰ ਮੈਂ ਹੁਣ ਕੁਕੰਬਰ ਦੀ ਗੱਲ ਕਰਾਂ, ਖੀਰਿਆਂ ਦੀ ਗੱਲ ਕਰਾਂ, ਸੋ ਦੇ ਹੈਵ ਡਿਫਰੈਂਟ ਡਿਫਰੈਂਟ ਵਰਾਇਟੀਜ਼ ਆਫ ਖੀਰੇ ਐਂਡ ਕੁਕੰਬਰਾਂ ਦੇ, ਤਾਂ ਤੁਸੀਂ ਵੇਖ ਸਕਦੇ ਹੋ ਕਿ ਆ ਇੱਕ ਵਰਾਇਟੀ ਆ, ਆ ਇੱਕ ਵਰਾਇਟੀ ਆ, ਤਾਂ ਆ ਇੱਕ ਵਰਾਇਟੀ ਆ। ਸੋ ਹਰ ਵਰਾਇਟੀ ਇੱਥੇ ਅਵੇਲੇਬਲ ਹੈ ਡਿਫਰੈਂਟ ਡਿਫਰੈਂਟ ਦੀ। ਅਤੇ ਨਾਲੇ ਆਈ ਕੈਨ ਸੀ ਆ ਚਾਈਨੀਜ਼ ਓਕਰਾ, ਵਾਹ ਜੀ ਵਾਹ, ਕਿਆ ਬਾਤ ਆ। ਜੇਕਰ ਤਾਜ਼ੀ ਸਬਜ਼ੀ ਤੁਸੀਂ ਬਣਾਉਣੀ ਹੈ ਜਾਂ ਫਿਰ ਕਿਸੇ ਨੂੰ ਕੁੱਟਣਾ ਵੀ ਹੈ ਘਰ ਦੇ ਵਿੱਚ, ਉਹ ਸੋਰੀ ਆਈ ਕੈਨ ਬ੍ਰੇਕ ਇਟ, ਲੇਕਿਨ ਜੇਕਰ ਤੁਹਾਨੂੰ ਕਿਸੇ ਨੂੰ ਕੁੱਟਣਾ ਵੀ ਹੈ ਤਾਂ ਦਿਸ ਇਜ਼ ਆਲਸੋ ਅਵੇਲੇਬਲ ਹੇਅਰ, ਆਈ ਐਮ ਜਸਟ ਕਿਡਿੰਗ। ਬਟ ਤੁਸੀਂ ਵੇਖ ਸਕਦੇ ਹੋ ਕਿ ਦੇ ਹੈਵ ਅ ਡਿਫਰੈਂਟ ਵਰਾਇਟੀ ਇੱਥੇ ਮੌਜੂਦ ਹੈ। ਮੈਂ ਟਮਾਟਰਾਂ ਦੀ ਗੱਲ ਕਰਾਂ ਤਾਂ ਉਹ ਵੀ ਫਰੈਸ਼ ਟਮਾਟਰ ਹੋਏ ਹੋਏ ਬੱਲੇ ਬੱਲੇ ਬੱਲੇ, ਉਹ ਵੀ ਇੱਥੇ ਮੌਜੂਦ ਨੇ। ਲੱਕੀ ਭਾਅ ਜੀ ਰੈੱਡ ਟਮੈਟੋਸ ਇਹ ਅਵੇਲੇਬਲ ਨਹੀਂ ਹੁੰਦੇ ਕਦੀ ਕਵਾਰ ਕਿਤੇ, ਪਰ ਤੁਸੀਂ ਕਿਵੇਂ ਧਿਆਨ ਰੱਖਦੇ ਹੋ? ਐਵੇਂ ਲੱਗ ਰਿਹਾ ਕਿ ਜਿਵੇਂ ਤੁਸੀਂ ਹੁਣੇ ਪੱਟ ਕੇ ਲਿਆਏ ਹੋ ਇਹਨੂੰ ਖੇਤਾਂ ਤੋਂ। ਬਸ ਭਾਅ ਜਿਵੇਂ ਤੁਹਾਨੂੰ ਦੱਸਿਆ ਪਹਿਲਾਂ ਕਿ ਅਸੀਂ ਬਸ ਹਮੇਸ਼ਾ ਮੇਨਟੇਨ ਰੱਖਣ ਦੀ ਕੋਸ਼ਿਸ਼ ਕਰੀ ਦੀ ਹਰ ਚੀਜ਼ ਨੂੰ, ਕਿ ਵਧੀਆ ਤੋਂ ਵਧੀਆ ਚੀਜ਼ ਅਸੀਂ ਰੱਖ ਸਕੀਏ ਆਪਣੀ। ਅਤੇ ਸਿਹਤ ਦਾ ਵੀ ਧਿਆਨ ਲੱਗੀ ਭਾਅ ਜੀ, ਅਤੇ ਆਪਣਾ ਬਾਜ਼ਾਰ ਰੱਖਦੇ ਨੇ, ਐਲੋਵੀਰਾ ਜੂਸ ਜਿਹੜਾ ਉਹ ਵੀ ਇੱਥੇ ਅਵੇਲੇਬਲ ਹੈ, ਵੱਖ ਵੱਖ ਜੂਸਾਂ ਦੀ ਜਿਹੜੀ ਵਰਾਇਟੀ ਹੈ ਉਹ ਵੀ ਇੱਥੇ ਅਵੇਲੇਬਲ ਹੈ, ਕੋਕੋਨਟ ਵਾਟਰ ਜਿਹੜਾ ਉਹ ਵੀ ਇੱਥੇ ਅਵੇਲੇਬਲ ਹੈ। ਅਤੇ ਵੱਖ ਵੱਖ ਤੁਸੀਂ ਵੇਖ ਸਕਦੇ ਹੋ ਜਿਹੜੀ ਇੱਥੇ ਕੁਆਲਿਟੀਜ਼ ਤੁਹਾਨੂੰ ਵੇਖਣ ਨੂੰ ਮਿਲੇਗੀ। ਅਤੇ ਤਾਜ਼ੀਆਂ ਸਬਜ਼ੀਆਂ ਅਸੀਂ ਵੇਖੀਆਂ, ਹੁਣ ਤਾਜ਼ੇ ਫਲਾਂ ਦੇ ਵੀ ਵਰਾਇਟੀ ਇੱਥੇ ਬੇਸ਼ੁਮਾਰ ਹੈ। ਸ਼ੁਰੂਆਤ ਆਪਾਂ ਪਹਿਲਾਂ ਸੇਬ ਤੋਂ ਕਰਦੇ ਹਾਂ, ਐਪਲ ਤੋਂ ਕਰਦੇ ਹਾਂ। ਭਾਅ ਜੀ ਵੱਖ ਵੱਖ ਵਰਾਇਟੀਆਂ ਤੁਹਾਡੇ ਕੋਲ ਤੇ? ਭਾਅ ਜੀ ਅਸੀਂ ਹਰ ਤਰ੍ਹਾਂ ਦੇ ਸੇਬ ਰੱਖੇ ਨੇ, ਫੂਜੀ, ਗ੍ਰੀਨ, ਰੈੱਡ, ਗੋਲਡਨ, ਗਾਲਾ ਐਪਲਸ, ਬੈਗ ਐਪਲਸ, ਅਤੇ ਵੱਖ ਵੱਖ ਵਰਾਇਟੀ ਐਪਲ ਦੇ ਵਿੱਚ ਵੀ ਇੱਥੇ ਮੌਜੂਦ ਹੈ, ਔਰ ਵੱਖ ਵੱਖ ਕਲਰਸ ਵੀ ਨੇ, ਔਰ ਨਾਸ਼ਪਤੀਆਂ ਵੀ ਭਾਅ ਜੀ ਬਾ ਕਮਾਲ ਤੁਹਾਡੇ ਕੋਲ ਪਈਆਂ ਇੱਥੇ। ਬਿਲਕੁਲ ਭਾਅ ਜੀ, ਤਿੰਨ ਤਰ੍ਹਾਂ ਦੀ ਨਾਸ਼ਪਤੀਆਂ ਰੱਖੀਆਂ ਹੋਈਆਂ, ਅਤੇ ਉੱਥੇ ਦੋ ਤਿੰਨ ਕਮਿਊਨਿਟੀ ਦੇ ਪਰਸਨ ਦੇ ਇੰਡੀਅਨ, ਗਿਆਨੀਜ਼ ਅਤੇ ਸਪੈਨਿਸ਼, ਉਹਨਾਂ ਨੂੰ ਵੇਚਦੇ ਹੋਏ ਅਸੀਂ ਇਸ ਕਰਕੇ ਵੱਖ ਵੱਖ ਤਰ੍ਹਾਂ ਦਾ ਹਰ ਫਰੂਟ ਰੱਖਿਆ ਹੋਇਆ। ਪੀਚਿਸ ਵੀ ਇੱਥੇ ਮੌਜੂਦ ਨੇ, ਔਰ ਵੱਖ ਵੱਖ ਪੀਚਿਸ ਤੁਹਾਡੇ ਕੋਲ ਪਏ ਨੇ ਇੱਥੇ? ਬਿਲਕੁਲ ਜੀ, ਪੀਚਿਸ ਨੇ ਸਾਡੇ ਕੋਲ, ਰੈੱਡ ਬਲੈਕ ਪਲਮਸ ਹੈਗੇ ਨੇ, ਐਪਰੀਕੋਟ ਅਸੀਂ ਸਰ ਰੱਖਿਆ ਹੋਇਆ, ਐਪਲ ਬੇਬੀ ਗਾਲਾ ਐਪਲ ਵੀ ਇੱਥੇ ਮੌਜੂਦ ਹੈ, ਐਪਰੀਕੋਟ ਇੱਥੇ ਮੌਜੂਦ ਹੈ, ਹਾਂਜੀ, ਗੁਆਵਾ। ਕਿਆ ਬਾਤ ਹੈ, ਕਿਆ ਬਾਤ ਹੈ। ਅਤੇ ਫਰੂਟਸ ਦੀ ਵੀ ਵਰਾਇਟੀ ਇੱਥੇ ਬੇਸ਼ੁਮਾਰ ਹੈਗੀ ਹੈ, ਪਪੀਤੇ ਇੱਥੇ ਪਏ ਹੋਏ ਨੇ, ਜੇਕਰ ਤੁਹਾਡੀ ਤਬੀਅਤ ਠੀਕ ਨਹੀਂ ਰਹਿੰਦੀ ਤਾਂ ਯੂ ਕੈਨ ਗ੍ਰੈਬ ਅ ਪਪੀਤਾ ਹੇਅਰ। ਐਂਡ ਭਾਅ ਜੀ ਹੋਰ ਐਪਲਸ, ਅਤੇ ਤਿੰਨ ਤਰ੍ਹਾਂ ਦਾ ਸਾਡੇ ਕੋਲ ਸੰਤਰਾ ਹੈਗਾ, ਲਾਰਜ, ਮੀਡੀਅਮ, ਸਮਾਲ, ਹਰ ਤਰ੍ਹਾਂ ਦਾ। ਡਿਲੀਸ਼ੀਅਸ। ਅਤੇ ਔਰੰਜਸ ਵੀ ਨੇ, ਸੰਤਰੇ ਮੌਜੂਦ ਨੇ ਵੱਖ ਵੱਖ ਵਰਾਇਟੀ ਦੇ। ਭਾਅ ਜੀ ਤੁਹਾਡੇ ਕੋਲ ਤਰਬੂਜ ਵੀ ਵੱਖ ਵੱਖ ਵਰਾਇਟੀ ਦੇ ਮੌਜੂਦ ਨੇ ਇੱਥੇ? ਬਿਲਕੁਲ, ਸਾਡੇ ਕੋਲ ਗ੍ਰੇਪਸ ਨੇ ਸਰ, ਚਾਰ ਵਰਾਇਟੀਜ਼ ਦੇ, ਇੱਕ ਬਲੈਕ, ਰੈੱਡ, ਗ੍ਰੀਨ, ਗ੍ਰੀਨ ਸੀਡਲੈਸ। ਜਿਵੇਂ ਡਿਫਰੈਂਟ ਡਿਫਰੈਂਟ ਕਮਿਊਨਿਟੀਜ਼ ਨੂੰ ਡਿਫਰੈਂਟ ਡਿਫਰੈਂਟ ਪਸੰਦ ਹੁੰਦਾ, ਅਤੇ ਆਪਣੇ ਪੰਜਾਬੀਆਂ ਨੂੰ ਕੀ ਪਸੰਦ ਆ ਸਭ ਤੋਂ ਜ਼ਿਆਦਾ? ਸਰ ਆਪਣੇ ਪੰਜਾਬੀਆਂ ਨੂੰ ਮੋਸਟਲੀ ਹਰ ਚੀਜ਼ ਹੀ ਪਸੰਦ ਹੈ, ਕਿਉਂਕਿ ਪੰਜਾਬੀ ਖਾਣ ਪੀਣ ਦੇ ਸ਼ੌਕੀਨ ਨੇ, ਉਹ ਮੋਸਟਲੀ ਪੰਜਾਬੀ ਹਰ ਚੀਜ਼ ਹੀ ਲਾਈਕ ਕਰਦੇ ਨੇ। ਸਭ ਤੋਂ ਜ਼ਿਆਦਾ ਕੀ ਲੈ ਜਾਂਦੇ ਨੇ ਫਰੂਟਸ ਦੇ ਵਿੱਚ? ਸਰ ਸਭ ਤੋਂ ਜ਼ਿਆਦਾ ਫਰੂਟਸ ਦੇ ਪੰਜਾਬੀ ਸੇਬ, ਸੰਤਰੇ ਅਤੇ ਅੰਗੂਰ, ਇਹ ਸਭ ਤੋਂ ਜ਼ਿਆਦਾ ਵਰਾਇਟੀ ਲੈ ਕੇ ਜਾਂਦੇ ਨੇ। ਇਹ ਵੀ ਬਹੁਤ ਡਿਲੀਸ਼ੀਅਸ ਹੈ। ਅਤੇ ਜੇਕਰ ਤੁਸੀਂ ਅਜੇ ਤੱਕ ਨਹੀਂ ਆਏ ਅਟਲਾਂਟਿਕ ਐਵਨਿਊ ਅਤੇ ਰਿਚਮੰਡ ਹਿੱਲ, ਆਪਣਾ ਬਾਜ਼ਾਰ ਜ਼ਰੂਰ ਆਇਓ। ਦ ਬੈਸਟ ਥਿੰਗ ਅਬਾਊਟ ਦਿਸ ਪਲੇਸ ਇਜ਼ ਦੇ ਹੈਵ ਅ ਡਿਫਰੈਂਟ ਡਿਫਰੈਂਟ ਵਰਾਇਟੀ ਐਂਡ ਡਿਫਰੈਂਟ ਡਿਫਰੈਂਟ ਫਰੂਟਸ। ਕਹਿਣ ਦਾ ਭਾਵ ਵੱਖ ਵੱਖ ਇਹਨਾਂ ਦੇ ਕੋਲ ਵਰਾਇਟੀਆਂ ਹਨ ਫਰੂਟਸ ਦੇ ਵਿੱਚ। ਜੇਕਰ ਤੁਸੀਂ ਨਹੀਂ ਪਹੁੰਚੇ ਤਾਂ ਛੇਤੀ ਆ ਜਾਓ ਅਟਲਾਂਟਿਕ ਐਵਨਿਊ। ਹੋਰ ਕੀ ਕੁਛ ਖਾਸ ਇੱਥੇ ਮੈਨੂੰ ਲੱਕੀ ਭਾਅ ਜੀ ਦੱਸ ਰਹੇ ਨੇ? ਭਾਅ ਜੀ ਅਸੀਂ ਜੂਸ ਦੇ ਸਪੈਨਿਸ਼, ਇਹ ਸਾਰੀ ਸਪੈਨਿਸ਼ ਆਈਟਮ ਨੇ, ਅਸੀਂ ਸਾਰੀ ਸਪੈਨਿਸ਼ ਆਈਟਮ ਆਪਣੇ ਰੱਖੀ ਹੋਈ ਹੈ ਇੱਥੇ, ਕਿ ਇੱਥੇ ਸਾਡੇ ਬੈਕ ਸਾਈਡ ਬਹੁਤ ਸਪੈਨਿਸ਼ ਕਮਿਊਨਿਟੀ ਹੈ, ਉਹਨਾਂ ਨੂੰ ਦੇਖਦੇ ਹੋਏ ਅਸੀਂ ਸਾਰਾ ਸਰ ਸਪੈਨਿਸ਼ ਸਟੱਫ ਵੀ ਰੱਖਿਆ ਹੋਇਆ। ਹਰ ਪ੍ਰਕਾਰ ਦਾ ਸਰ ਤੁਸੀਂ ਜੂਸ ਦੇਖ ਸਕਦੇ ਹੋ ਇੱਥੇ, ਹਰ ਪ੍ਰਕਾਰ ਦਾ ਜੂਸ ਹੈ, ਹਰ ਪ੍ਰਕਾਰ ਦਾ ਅਸੀਂ ਦੁੱਧ ਰੱਖਿਆ ਹੋਇਆ ਸਰ। ਇਹ ਗੱਲ ਬੜੀ ਖਾਸ ਹੈਗੀ ਹੈ ਇੱਥੇ ਕਿ ਵੱਖ ਵੱਖ ਜਿਹੜੇ ਵਰਾਇਟੀਆਂ ਹਨ ਦੁੱਧ ਦੇ ਵਿੱਚ ਉਹ ਵੀ ਇੱਥੇ ਮੌਜੂਦ ਨੇ। ਜੇਕਰ ਤੁਸੀਂ ਫੈਟ ਫਰੀ, ਰਿਡਿਊਸ ਫੈਟ ਫਰੀ ਮਿਲਕ ਲੈਣਾ ਚਾਹੁੰਦੇ ਹੋ ਉਹ ਇੱਥੇ ਮੌਜੂਦ ਹੈ। 1% ਜੇਕਰ ਤੁਹਾਨੂੰ ਉਹਦੇ ਵਿੱਚ ਫੈਟ ਚਾਹੀਦਾ ਉਹ ਇੱਥੇ ਮੌਜੂਦ ਹੈ, 2% ਚਾਹੀਦਾ ਉਹ ਇੱਥੇ ਮੌਜੂਦ ਹੈ। ਅਤੇ ਖਾਸ ਧਿਆਨ ਰੱਖਿਆ ਹੋਇਆ ਲੱਕੀ ਭਾਅ ਜੀ ਨੇ। ਅਤੇ ਜੇਕਰ ਤੁਸੀਂ
ਪੂਰਾ ਚਾਹੁੰਦੇ ਹੋ ਵਿਟਾਮਿਨ ਡੀ ਦੈਨ ਉਹ ਵੀ ਇੱਥੇ ਮੌਜੂਦ ਹੈ। ਸੋ ਡਿਫਰੈਂਟ ਡਿਫਰੈਂਟ ਤੁਸੀਂ ਵੇਖ ਸਕਦੇ ਹੋ ਕਿ ਜੂਸਿਸ ਇੱਥੇ ਅਵੇਲੇਬਲ ਨੇ, ਮੱਖਣ ਇੱਥੇ ਅਵੇਲੇਬਲ ਨੇ। ਸਭ ਤੋਂ ਵਧੀਆ ਮੱਖਣ ਕਿਹੜਾ? ਵੈਸੇ ਸਾਰੇ ਵਧੀਆ ਨੇ ਤੁਹਾਡੇ ਇੱਥੇ, ਲੇਕਿਨ ਸਭ ਤੋਂ ਬੈਸਟ ਕਿਹੜਾ ਭਾਜੀ? ਹਰ ਕਿਸੇ ਨੂੰ ਅਲੱਗ ਅਲੱਗ ਕਿਸਮ ਦਾ ਮੱਖਣ ਯੂਜ਼ ਕਰਦੇ ਨੇ ਅਤੇ ਅਲੱਗ ਅਲੱਗ ਸਭ ਦੀ ਹਰ ਇੱਕ ਪਸੰਦ ਹੈਗਾ। ਨਾਲੇ ਫਰੈਸ਼ ਐੱਗਸ ਵੀ ਇੱਥੇ ਮੌਜੂਦ ਨੇ ਭਾਜੀ, ਬਰਾਊਨ ਐੱਗ ਵੀ ਵੇਖ ਰਹੇ ਹਾਂ, ਵਾਈਟ ਐੱਗ ਵੀ ਵੇਖ ਰਹੇ ਹਾਂ, ਔਰ ਹਰ ਵੱਖ ਵੱਖ ਜਿਹੜੇ ਆਪਣਾ ਤੁਹਾਡੇ ਕੋਲ ਬ੍ਰਾਂਡਸ ਨੇ ਉਹ ਇੱਥੇ ਮੌਜੂਦ ਨੇ। ਬਿਲਕੁਲ ਜੀ, ਐੱਗਸ ਦੇ ਬਿਲਕੁਲ। ਅਤੇ ਇੱਕ ਪਾਸੇ ਜਿੱਥੇ ਸਾਡੇ ਕੋਲ ਫਰੈਸ਼ ਐੱਗਸ ਨੇ, ਫਰੈਸ਼ ਮਿਲਕ ਹੈ, ਫਰੈਸ਼ ਬਟਰ ਹੈ, ਫਰੈਸ਼ ਕਰੀਮ ਹੈ, ਤਾਂ ਉੱਥੇ ਇਹਨਾਂ ਦੇ ਕੋਲ ਡੱਬੇ ਦੇ ਵਿੱਚ ਪੈਕ ਹੋਈਆਂ ਹੋਈਆਂ ਪਿਸਤਾ ਬਰਫੀ, ਪਨੀਰ, ਕਾਜੂ ਕਤਲੀ, ਲੱਡੂ, ਬੇਸਨ ਬਰਫੀ, ਅਤੇ ਇੰਡੀਆ ਦਾ ਅਮੂਲ ਮੱਖਣ ਉਹ ਵੀ ਇੱਥੇ ਹੈ। ਅਤੇ ਧਿਆਨ ਪੂਰਾ ਰੱਖਿਆ ਹੋਇਆ ਭਾਅ ਜੀ ਹੋਰਾਂ ਨੇ। ਔਰ ਕੀ ਕੁਛ ਖਾਸ ਹੈ ਸਟੋਰ ਦੇ ਵਿੱਚ ਉਹ ਵੀ ਆਪਾਂ ਜਾਣ ਲੈਂਦੇ ਹਾਂ। Located on Atlantic Avenue, Richmond Hill, Apna Bazaar gives you one of the largest assortments of Indian, Guyanese, American groceries and products. It is a symbol of purity. ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸਰਬਜੀਤ ਸਿੰਘ ਸੋਢੀ ਹੈ, ਮੈਂ ਰੌਕਵੇ ਗ੍ਰਿਲ ਰੈਸਟੋਰੈਂਟ ਰਨ ਕਰਦਾ ਹਾਂ, ਅਤੇ ਮੇਰੀ ਸਾਰੀ ਗਰੋਸਰੀ ਆਪਣਾ ਬਾਜ਼ਾਰ ਤੋਂ ਆਉਂਦੀ ਹੈ, ਅਟਲਾਂਟਿਕ ਐਵਨਿਊ ਤੋਂ, ਰਿਚਮਿੰਡ ਹਿਲ ਤੋਂ। ਅਤੇ ਇੱਥੇ ਲੱਕੀ ਭਾਅ ਜੀ ਹੈ ਜਿਹੜੇ ਮੈਨੂੰ ਸਾਰਾ ਸਪੋਰਟ ਕਰਦੇ ਨੇ, ਸਾਰੀ ਸਬਜ਼ੀਆਂ ਆਈਸਕ੍ਰੀਮ ਤੋਂ ਲੈ ਕੇ ਰਸਮਲਾਈ ਤੋਂ ਲੈ ਕੇ ਹਰ ਤਰ੍ਹਾਂ ਦੀ ਸਬਜ਼ੀ ਇਹਨਾਂ ਤੋਂ ਮੈਂ ਫਰੈਸ਼ ਲੈ ਕੇ ਜਾਂਦਾ ਡੇ ਬਾਈ ਡੇ। ਅਤੇ ਆਈ ਵਿਸ਼ ਹਿਮ ਆਲ ਦਾ ਬੈਸਟ ਐਂਡ ਆਲ ਦਾ ਵਿਊਅਰਸ ਟੂ ਕਮ ਅਪ ਹੇਅਰ ਐਂਡ ਗ੍ਰੋ ਹਿਸ ਬਿਜ਼ਨਸ। ਥੈਂਕ ਯੂ ਵੈਰੀ ਮੱਚ। ਸਤਿ ਸ਼੍ਰੀ ਅਕਾਲ ਜੀ, ਮਾਈ ਨੇਮ ਇਜ਼ ਸਨੀ, ਵੀ ਨੋਰਮਲੀ ਕਮ ਹੇਅਰ ਐਵਰੀ ਅਦਰ ਵੀਕ, ਵੀ ਬਾਏ ਲੋਟ ਆਫ ਸਟੱਫ ਹੇਅਰ ਐਂਡ ਦਾ ਪ੍ਰਾਈਸਿਸ ਆਰ ਵੈਰੀ ਗੁੱਡ, ਦਾ ਸਟਾਫ ਇਜ਼ ਵੈਰੀ ਨਾਈਸ ਹੇਅਰ, ਯੂ ਫੀਲ ਵੈਰੀ ਕੰਫਰਟੇਬਲ ਐਟ ਹੋਮ, ਯੂ ਡੋਂਟ ਮਿਸ ਐਨੀਥਿੰਗ, ਯੂ ਨੋ ਵਟਐਵਰ ਇੰਡੀਅਨ ਫੂਡ ਯੂ ਵਾਂਟ ਯੂ ਗੈਟ ਹੇਅਰ। ਆਈ ਕਮ ਹੇਅਰ ਫੋਰ ਲੋਟ ਆਫ ਸਪਾਈਸਿਸ ਫੋਰ ਮਾਈ ਕੁਕਿੰਗ ਐਂਡ ਇਟਸ ਵੈਰੀ ਗੁੱਡ ਹੇਅਰ। ਅਸੀਂ ਅੱਜ ਇੱਥੇ ਅਟਲਾਂਟਿਕ ਐਵਨਿਊ 115 'ਤੇ ਜੋ ਆਪਣਾ ਬਾਜ਼ਾਰ ਹੈ ਉੱਥੇ ਅਸੀਂ ਆਏ ਹਾਂ ਸਮਾਨ ਲੈਣ ਵਾਸਤੇ, ਔਰ ਸੰਤ ਬਾਬਾ ਪ੍ਰੇਮ ਸਿੰਘ ਦੀ ਜੋ ਬਰਸੀ ਮਨਾਈ ਜਾ ਰਹੀ ਹੈ 21 ਦੇ ਉੱਤੇ ਹੀ ਗੁਰਦੁਆਰਾ ਸਿੱਖਲ ਸੁਸਾਇਟੀ ਵਿਖੇ, ਉਸ ਸਮਾਗਮ ਲਈ ਉਚੇਚੇ ਤੌਰ 'ਤੇ ਅਸੀਂ ਇੱਥੇ ਸਮਾਨ ਲੈਣ ਆਏ ਹਾਂ, ਔਰ ਬੜਾ ਵਧੀਆ ਸਮਾਨ, ਹਰ ਤਰ੍ਹਾਂ ਦੀ ਚੀਜ਼ ਇੱਥੇ ਉਪਲਬਧ ਹੈ, ਔਰ ਆਪ ਵੀ ਬੜਾ ਚੰਗਾ ਨੇਚਰ ਹੈ, ਬੜੇ ਅੱਛੇ ਤਰੀਕੇ ਨਾਲ ਸਾਰਿਆਂ ਡੀਲ ਕਰਦੇ ਨੇ, ਔਰ ਅਸੀਂ ਸਪੈਸ਼ਲ ਇੱਥੇ ਆਉਂਦੇ ਹਾਂ, ਸਾਡਾ ਘਰ ਵੀ ਨਜ਼ਦੀਕ ਹੈ ਬਿਲਕੁਲ 117 ਸੀਟ ਦੇ, ਔਰ ਅਸੀਂ ਵੀ ਸਾਰੀ ਗਰੋਸਰੀ ਤਕਰੀਬਨ ਇੱਥੋਂ ਹੀ ਲੈ ਕੇ ਜਾਂਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਜੀਪੀ ਸਿੰਘ, ਮੇਰੀ ਵਾਈਫ ਰੇਨੂ, ਅਤੇ ਮੈਂ ਹੈਗਾ ਆਪਣਾ ਬਾਜ਼ਾਰ ਦੇ ਵਿੱਚ ਅੱਜ, ਨੋਟ ਅੱਜ ਬਟ ਆਲਮੋਸਟ ਆਉਂਦੇ ਰਹੀ ਦੇ ਇੱਥੇ ਵੀਕਐਂਡ ਦੇ ਉੱਤੇ। ਸੋ ਅੱਜ ਮੇਰੀ ਫੈਮਿਲੀ ਆਈ ਹੈਗੀ ਹੈ ਇੰਡੀਆ ਤੋਂ, ਅਤੇ ਉਹਨਾਂ ਨੂੰ ਮੈਂ ਫਸਟ ਸ਼ੋਪ 'ਤੇ ਲੈ ਕੇ ਆਇਆ ਇੱਥੇ ਹੀ, ਬਿਕੋਜ਼ ਇੱਥੇ ਇੱਕ ਆਪਣਾਪਨ ਜਿਹਾ, ਮੇਰੇ ਖਿਆਲ 'ਚ ਆਪਣਾਪਨ ਬਾਜ਼ਾਰ ਹੋਣਾ ਚਾਹੀਦਾ, ਆਪਣਾਪਨ ਫੀਲ ਹੁੰਦਾ ਇੱਥੇ ਆ ਕੇ। ਸੋ ਮੈਂ ਸਭ ਤੋਂ ਪਹਿਲਾਂ, ਕਿਉਂਕਿ ਇੰਡੀਆ ਤੋਂ ਆਇਆ, ਇੱਕ ਮਹੂਰਤ ਹੁੰਦਾ ਕਿ ਮਿੱਠਾ ਮੂੰਹ ਕਰਾਇਆ ਜਾਵੇ, ਸੋ ਮੈਂ ਮਿਠਾਈ ਲੈਣ ਆਇਆ ਇੱਥੇ, ਅਤੇ ਇੱਥੇ ਆਉਂਦੇ ਰਹੀਦਾ ਆ, ਬਹੁਤ ਵਧੀਆ ਲੱਗਦਾ, ਸਟਾਫ ਬਹੁਤ ਕੋਆਪਰੇਟਿਵ ਆ, ਸਮਾਨ ਬਹੁਤ ਫਰੈਸ਼ ਆ, ਸਪੈਸ਼ਲੀ ਸਬਜ਼ੀਆਂ। ਚਲੋ ਜੀ, ਹੁਣ ਅਸੀਂ ਪਹੁੰਚ ਗਏ ਰਾਈਸ ਐਂਡ ਆਟੇ ਦੇ ਸੈਕਸ਼ਨ ਦੇ ਵਿੱਚ, ਅਤੇ ਵੱਖ ਵੱਖ ਵਰਾਇਟੀ ਦੇ ਆਟੇ ਇੱਥੇ ਮੌਜੂਦ ਨੇ। ਭਾਅ ਜੀ, ਕਿਹੜੀ ਕਿਹੜੇ ਤੁਹਾਡੇ ਕੋਲ ਵਰਾਇਟੀਜ਼ ਨੇ ਆਟਿਆਂ ਦੇ ਵਿੱਚ? ਆਟੇ ਦੇ ਵਿੱਚ ਮੋਸਟਲੀ ਹਰ ਵਰਾਇਟੀ ਸਾਡੇ ਕੋਲ, ਆਸ਼ੀਰਵਾਦ, ਸਵਰਨਾ, ਲਕਸ਼ਮੀ, ਸ਼ਾਨ, ਰੋਇਲ, ਗੋਲਡ ਆਟਾ, ਸੁਜਾਤਾ, ਥ੍ਰੀ ਰਿਵਰਸ, ਪਾਰਸ, ਸ਼ਹਿਨਸ਼ਾਹ, ਆਪਣਾ ਬਾਜ਼ਾਰ ਦਾ ਸਾਡਾ ਸਪੈਸ਼ਲ ਆਟਾ ਆਪਣਾ, ਮਾਇਆ, ਗੋਲਡਨ ਟੈਂਪਲ, ਫਾਈਵ ਰੋਜ਼ਿਸ, ਮੋਸਟਲੀ ਸਾਡੇ ਕੋਲ ਸਰ ਹਰ ਇੱਕ ਵਰਾਇਟੀਜ਼ ਹੈ ਆਟੇ ਦੀ ਇੱਥੇ ਅਵੇਲੇਬਲ। ਅਤੇ ਤੁਸੀਂ ਵੇਖ ਰਹੇ ਹੋ ਕਿ ਡਿਫਰੈਂਟ ਡਿਫਰੈਂਟ ਜਿਹੜੀ ਵਰਾਇਟੀ ਆਟਿਆਂ ਦੀ ਉਹ ਵੀ ਇੱਥੇ ਮੌਜੂਦ ਹੈ। ਹੁਣ ਜੇਕਰ ਅਸੀਂ ਚੌਲਾਂ ਦੀ ਗੱਲ ਕਰ ਲਈਏ, ਤਾਂ ਚੌਲ ਵੀ ਇੱਥੇ ਡਿਫਰੈਂਟ ਡਿਫਰੈਂਟ ਵਰਾਇਟੀ ਦੇ ਮੌਜੂਦ ਨੇ। ਗਾਇਨੀਜ਼ ਕਮਿਊਨਿਟੀ ਜੋ ਲਾਈਕ ਕਰਦੀ ਹੈ ਉਹ ਚੌਲ ਵੀ ਇੱਥੇ ਮੌਜੂਦ ਨੇ, ਵੈਜੀਟੇਬਲ ਆਇਲ ਇੱਥੇ ਮੌਜੂਦ ਹੈ। ਭਾਅ ਜੀ, ਕਿਹੜੀ ਕਿਹੜੀ ਵਰਾਇਟੀ ਇੱਕ ਵਾਰ ਦਰਸ਼ਕਾਂ ਨੂੰ ਜ਼ਰੂਰ ਦੱਸੋ ਤੁਹਾਡੇ ਕੋਲ? ਭਾਅ ਜੀ, ਸੈਕਸ਼ਨ ਸਾਰਾ ਅਸੀਂ ਗਿਆਨੀ ਜ਼ਿਲ੍ਹੇ ਰੱਖਿਆ, ਡੈਲਟਾ ਰਾਈਸ, ਵਿਦੇਸ਼ੀ, ਇਹ ਸਾਰਾ ਗਿਆਨੀ ਸੈਕਸ਼ਨ ਵਾਸਤੇ, ਗਿਆਨੀਜ਼ ਪੀਪਲ ਵਾਸਤੇ ਵੇ, ਕਿ ਉਹਨਾਂ ਨੂੰ ਹਰ ਚੀਜ਼ ਇੱਥੇ ਅਸੀਂ ਪ੍ਰੋਵਾਈਡ ਕਰ ਸਕੀਏ, ਹਰ ਚਾਵਲ ਹਰ ਤਰ੍ਹਾਂ ਦਾ। ਰਾਈਟ, ਅਤੇ ਜੇਕਰ ਅਸੀਂ ਹੁਣ ਹੋਰ ਅੱਗੇ ਵਧ ਜਾਈਏ ਤਾਂ ਹੋਰ ਵੀ ਤੁਹਾਡੇ ਕੋਲ ਬਾਸਮਤੀ ਰਾਈਸ ਨੇ, ਗੋਲਡਨ ਰਾਈਸ ਨੇ, ਐਂਡ ਇੱਥੇ ਵੀ ਡਿਫਰੈਂਟ ਡਿਫਰੈਂਟ ਬ੍ਰਾਂਡਸ ਨੇ। ਆਈ ਕੈਨ ਸੀ ਬਲਿਊ ਲੇਡੀ, ਦਿਸ ਇਜ਼ ਪਾਰ ਬੋਇਲਡ ਰਾਈਸ, ਸ਼ਿਮਲਾ ਰੋਡ ਬਾਸਮਤੀ ਰਾਈਸ, ਕੋਹੀਨੂਰ ਇੱਥੇ ਮੌਜੂਦ ਹੈ। ਸੋ ਆਈ ਥਿੰਕ ਡਿਫਰੈਂਟ ਡਿਫਰੈਂਟ ਵਰਾਇਟੀ ਇੱਥੇ ਅਵੇਲੇਬਲ ਹੈ। ਸਭ ਤੋਂ ਜ਼ਿਆਦਾ ਡਿਮਾਂਡ ਸਾਡੇ ਪੰਜਾਬੀ ਕਿਹੜੇ ਚੌਲਾਂ ਦੀ ਕਰਦੇ ਨੇ? ਸਭ ਤੋਂ ਜ਼ਿਆਦਾ ਸਰ ਸ਼ਹਿਨਸ਼ਾਹ ਚੌਲਾਂ ਦੀ ਡਿਮਾਂਡ ਕਰਦੇ ਨੇ ਪੰਜਾਬੀ।
ਸ਼ਹਿਨਸ਼ਾਹ ਚੌਲਾਂ ਦੀ ਕੀ ਖਾਸੀਅਤ ਹੈ? ਸਰ ਸ਼ਹਿਨਸ਼ਾਹ ਚੌਲਾਂ ਦੀ ਇੱਕ ਖਾਸੀਅਤ ਹੈ, ਇੱਕ ਥੋੜ੍ਹੇ ਟਾਈਮ ਦੇ ਵਿੱਚ ਬਣ ਜਾਂਦੇ ਅਤੇ ਇੱਕ ਇਹਨਾਂ ਦਾ ਚੌਲ ਬਹੁਤ ਲੰਬਾ ਹੈਗਾ, ਬਹੁਤ ਵਧੀਆ ਇਹਨਾਂ ਦਾ ਚੌਲ ਬਣਦਾ। ਔਰ ਕਿੰਨੇ ਕੇ ਜੀ ਦਾ ਬੈਗ ਹੈ? ਸਰ ਇਹਦੇ ਵਿੱਚ ਸਾਡੇ ਕੋਲ 3 ਅਵੇਲੇਬਲ ਹੈਗੇ ਨੇ, 10, 20, and 40। ਔਰ ਕੀ ਕੁਝ ਖਾਸ ਹੈਗਾ, ਇੱਕ ਵਾਰੀ ਆਪਾਂ ਅੱਗੇ ਵੀ ਗੇੜਾ ਮਾਰ ਲੈਂਦੇ ਹਾਂ। ਹੁਣ ਸਭ ਤੋਂ ਖਾਸ, ਅਗਰ ਤੁਸੀਂ ਕੋਈ ਵੀ ਆਈਟਮ ਬਣਾਉਣੀ ਹੁੰਦੀ ਹੈ ਜਾਂ ਕੋਈ ਵੀ ਤੁਸੀਂ ਕੁਕਿੰਗ ਕਰਦੇ ਹੋ ਤਾਂ ਆਇਲ ਬੜਾ ਇੰਪੋਰਟੈਂਟ ਹੈ। ਬਿਲਕੁਲ। ਸੋ ਦੇ ਆਲਸੋ ਹੈਵ ਅ ਆਇਲ, ਆਇਲ ਦੇ ਵਿੱਚ ਕਿਹੜੀ ਕਿਹੜੀ ਵਰਾਇਟੀ ਹੈ ਉਹ ਵੀ ਆਪਾਂ ਇੱਕ ਵਾਰੀ ਵੇਖ ਲੈਂਦੇ ਹਾਂ। ਅਤੇ ਭਾਅ ਜੀ ਰਿਫਾਈਨਡ ਆਇਲ ਦੀ ਗੱਲ ਕਰੀਏ, ਕੁਕਿੰਗ ਆਇਲ ਦੀ ਗੱਲ ਕਰੀਏ, ਅਤੇ ਉਹਦੀ ਵੀ ਬੇਸ਼ੁਮਾਰ ਵਰਾਇਟੀ ਤੁਹਾਡੇ ਕੋਲ ਇੱਥੇ ਮੌਜੂਦ ਆ। ਬਿਲਕੁਲ ਸਰ ਜੀ, ਅਲੱਗ ਅਲੱਗ ਲੋਕਾਂ ਦੀ ਪਸੰਦ, ਅਲੱਗ ਅਲੱਗ ਹਰ ਚੀਜ਼ ਰੱਖੀ ਹੋਈ, ਜਿਹੜੀ ਜੋ ਚੀਜ਼ ਪਸੰਦ ਹੈਗੀ ਹੈ, ਐਕਸਟਰਾ ਵਰਜਨ ਆਇਲ, ਓਲਿਵ ਆਇਲ, ਅਸੀਂ ਹਰ ਤਰ੍ਹਾਂ ਦੇ ਸਰ ਸਟੱਫ ਰੱਖਿਆ ਹੋਇਆ। ਜੇਕਰ ਤੁਹਾਡੇ ਕੋਲ ਹਰ ਮਹੀਨੇ ਕੋਈ ਇੱਥੇ ਆਉਂਦਾ ਗਰੋਸਰੀ ਕਰਨ, ਤਾਂ ਉਹਦੇ ਲਈ ਕੀ ਸਪੈਸ਼ਲ ਡਿਸਕਾਊਂਟਸ ਹੈ, ਕੀ ਆਫਰਸ ਉਹਨਾਂ ਦੇ ਲਈ ਅਵੇਲੇਬਲ ਆ? ਸਰ ਕੋਈ ਜਿਵੇਂ ਸਾਡੇ ਪੱਕੇ, ਆਲਮੋਸਟ ਸਾਡੇ ਸਰ ਪੱਕੇ ਕਸਟਮਰਸ ਨੇ ਇੱਥੇ, ਅਸੀਂ ਉਹਨਾਂ ਨੂੰ ਹਰ ਟਾਈਮ ਦੇਖਦੇ ਹਾਂ ਕਿ ਨਵੇਂ ਕਸਟਮਰਸ ਵੀ ਬਹੁਤ ਸਾਡੇ ਨਾਲ ਜੁੜ ਰਹੇ ਨੇ, ਪਰ ਸਾਡੇ ਜਿਹੜੇ ਪੱਕੇ ਕਸਟਮਰਸ ਨੇ ਉਹ ਡੇਲੀ ਸੈਕਿੰਡ ਵੀਕ ਥਰਡ ਵੀਕ ਸਾਡੇ ਕੋਲ ਹਮੇਸ਼ਾ ਆਉਂਦੇ ਨੇ ਸਰ। ਉਹ ਜੇ ਅਗਰ 150 ਦੇ ਉੱਤੇ ਗਰੋਸਰੀ ਜਾਂ ਸੋਡਾ ਜਾਂ ਜੂਸ ਦੀ ਬੋਟਲਸ ਅਸੀਂ ਉਹਨਾਂ ਨੂੰ ਗਿਫਟ ਦੇ ਵਿੱਚ ਦਿੰਦੇ ਹਾਂ। ਜੇਕਰ ਹੁਣ ਜਸ ਪੰਜਾਬੀ ਦਾ ਸ਼ੋਅ ਦੇਖ ਕੇ ਕੋਈ ਤੁਹਾਡੇ ਕੋਲ ਆਇਆ ਔਰ ਕਹੇਗਾ ਕਿ ਮੈਂ ਸ਼ੋਅ ਵੇਖਿਆ, ਭਾਅ ਜੀ ਤੁਹਾਡਾ ਇਸ ਕਰਕੇ ਮੈਂ ਗਰੋਸਰੀ ਲੈਣ ਆਇਆ, ਉਹਨਾਂ ਦੇ ਲਈ ਕੀ ਖਾਸ ਹੈ? ਸਰ ਉਹਨਾਂ ਲਈ 2 bottles ਲੇਕਿਨ ਹੈ ਭਾਅ ਜੀ ਪੂਰੇ ਪੱਕੇ ਬਿਜ਼ਨਸ ਵੱਲ ਕਹਿੰਦੇ, ਉਹਨਾਂ ਲਈ 2 bottles ਨੇ। ਸੋ ਬਟ ਫਿਰ ਵੀ ਤੁਹਾਨੂੰ ਇੱਕ ਬੋਤਲ ਜਿਹੜੀ ਹੈ, ਜੇਕਰ ਤੁਸੀਂ ਜਾ ਕੇ ਕਹਿੰਦੇ ਹੋ ਕਿ ਅਸੀਂ ਤੁਹਾਡਾ ਜਸ ਪੰਜਾਬੀ ਦੇ ਉੱਤੇ ਸ਼ੋਅ ਵੇਖ ਕੇ ਆਏ ਹਾਂ ਔਰ ਅਸੀਂ ਸ਼ੋਅ ਵੇਖਿਆ ਬਿਜ਼ਨਸ ਆਫ ਦਾ ਵੀਕ, ਅਤੇ ਸਾਡੇ ਲਈ ਕੀ ਆਫਰ ਹੈਗੀ ਹੈ, ਤਾਂ ਜੇਕਰ ਤੁਸੀਂ $150 ਦੀ ਗਰੋਸਰੀ ਕਰਦੇ ਤਾਂ 2 bottles ਤੁਹਾਨੂੰ ਫ੍ਰੀ ਮਿਲਣਗੀਆਂ, ਜੂਸ ਦੀਆਂ ਬੋਤਲਾਂ ਫ੍ਰੀ ਮਿਲਣਗੀਆਂ। ਲੇਕਿਨ ਅਗਰ ਤੁਸੀਂ $300 ਦੀ ਕਰਦੇ ਹੋ ਤਾਂ ਫਿਰ ਤੁਹਾਨੂੰ ਕੁਝ ਮਾੜਾ ਮੋਟਾ ਡਿਸਕਾਊਂਟ ਵੀ ਦੇ ਦੇਣਗੇ, ਘਬਰਾਉਣਾ, ਠੀਕ ਹੈ ਨਾ ਜੀ? ਅਤੇ ਡਿਫਰੈਂਟ ਡਿਫਰੈਂਟ ਮੈਂ ਜਿਵੇਂ ਦੱਸ ਰਿਹਾ ਸੀਗਾ ਤੁਹਾਨੂੰ ਵੱਖ ਵੱਖ ਵਰਾਇਟੀਆਂ ਇੱਥੇ ਮੌਜੂਦ ਨੇ। ਔਰ ਕੀ ਕੁਝ ਖਾਸ ਹੈਗਾ ਆਪਣੇ ਸਟੋਰ ਦੇ ਵਿੱਚ? ਸਰ ਇਹ ਸਿਰਫ ਜੋ ਸਰ ਸੈਕਸ਼ਨ ਹੈ, ਇਹ ਗਿਆਨੀਸ ਪ੍ਰੋਡਕਟ, ਸਰ ਅਸੀਂ ਸਾਰੇ ਗਿਆਨੀਸ ਪ੍ਰੋਡਕਟ ਰੱਖੇ ਹੋਏ ਨੇ ਇਹ ਲਾਈਨ 'ਚ ਸਾਰੇ, ਤਾਂ ਹਰ ਤਰ੍ਹਾਂ ਦਾ ਮਿਲਕ ਹੋ ਗਿਆ, ਵੈਪੋਰੇਟਿਡ ਮਿਲਕ, ਸਵੀਟ, ਕਾਰਨੇਸ਼ਨ, ਕੋਕੋਨਟ, ਚਾਕੋ, ਸਰ ਇਹਦੇ ਗਿਆਨੀਸ ਸਾਰਾ ਪ੍ਰੋਡਕਟ ਇਸ ਲਾਈਨ ਦੇ ਵਿੱਚ। ਤੁਹਾਡੇ ਕੋਲ ਇੰਡੀਅਨ ਕਮਿਊਨਿਟੀ ਦੇ ਨਾਲ ਨਾਲ ਵੈਸਟ ਇੰਡੀਅਨ ਜਿਹੜੀ ਕਮਿਊਨਿਟੀ ਹੈ ਉਹ ਵੀ ਪੂਰੀ ਆਉਂਦੀ ਹੈ, ਤਾਂ ਡਿਫਰੈਂਟ ਡਿਫਰੈਂਟ ਮਸਾਲੇ ਇੱਥੇ ਮੌਜੂਦ ਨੇ। ਅਤੇ ਜੇਕਰ ਤੁਸੀਂ ਅਚਾਰ ਦੇ ਸ਼ੌਕੀਨ ਹੋ ਤਾਂ ਅਚਾਰਾਂ ਦੀ ਵੀ ਇੱਥੇ ਬੇਸ਼ੁਮਾਰ ਵਰਾਇਟੀ ਹੈ ਇਹਨਾਂ ਦੇ ਕੋਲ। ਬਿਲਕੁਲ, ਸ਼ਾਨ ਦਾ ਜਿਹੜਾ ਅਚਾਰ ਹੈ ਉਹ ਅੱਤ ਕਰੀ ਜਾਂਦਾ। ਬਿਲਕੁਲ ਜੀ, ਸ਼ਾਨ ਨੈਸ਼ਨਲ, ਮੈਂ ਆਪਣੀ ਆਪਣੀ ਅਲੱਗ ਅਲੱਗ ਟੇਸਟ ਹੈ, ਹਰ ਹਰ ਤਰ੍ਹਾਂ ਦਾ ਅਚਾਰ ਹੈ, ਹਰ ਤਰ੍ਹਾਂ ਹਰ ਬੰਦੇ ਦੀ ਆਪਣੀ ਆਪਣੀ ਅਲੱਗ ਅਲੱਗ ਟੇਸਟ ਆ। ਰਾਈਟ ਭਾਈ, ਇੰਨਾ ਸਭ ਕੁਝ ਮੈਨੂੰ ਬਰਦਾਸ਼ਤ ਨਹੀਂ ਹੋ ਰਿਹਾ, ਇੰਨਾ ਸਭ ਕੁਝ ਭਾਅ ਜੀ ਦੱਸ ਰਹੇ ਨੇ, ਹੁਣ ਮੈਨੂੰ ਭੁੱਖ ਲੱਗ ਰਹੀ ਹੈ। ਮੈਂ ਫਿਲਹਾਲ ਕੁਝ ਖਾਣ ਦਾ ਇੰਤਜ਼ਾਮ ਕਰਦਾ, ਇੰਤਜ਼ਾਮ ਤਾਂ ਵੈਸੇ ਅੱਜ ਭਾਅ ਜੀ ਨੇ ਕੀਤਾ ਹੋਣਾ, ਕਿਉਂਕਿ ਆਪਣਾ ਬਾਜ਼ਾਰ ਅਸੀਂ ਆਏ ਹਾਂ ਅਟਲਾਂਟਿਕ ਐਵਨਿਊ, ਮੈਨੂੰ ਯਾਦ ਆ ਗਿਆ ਖਾਣ ਤੋਂ। ਇੱਕ ਇੱਥੇ ਦੀ ਸਭ ਤੋਂ ਖਾਸ ਗੱਲ ਹੈਗੀ ਹੈ ਇਹਨਾਂ ਦੀ ਥਾਲੀ, ਜੋ ਕਿ ਪੂਰੇ ਰਿਚਮੰਡ ਹਿੱਲ ਦੇ ਵਿੱਚ ਮਸ਼ਹੂਰ ਹੁੰਦੀ ਜਾ ਰਹੀ ਹੈ। $5 ਦੀ ਥਾਲੀ ਹੈ, ਘਰ ਦਾ ਬਣਿਆ ਹੋਇਆ ਖਾਣਾ, ਉਹਦੇ ਵਿੱਚ ਇੱਕ ਸਬਜ਼ੀ, ਇੱਕ ਦਾਲ, ਚੌਲ ਅਤੇ ਨਾਲ ਤੁਹਾਡੀ ਚਪਾਤੀ ਅਤੇ ਨਾਲ ਅਚਾਰ। ਬੱਲੇ 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 ਬੱਲੇ, ਮੂੰਹ 'ਚ ਪਾਣੀ ਆ ਗਿਆ। ਜੇਕਰ ਤੁਹਾਡੇ ਮੂੰਹ 'ਚ ਵੀ ਪਾਣੀ ਆ ਗਿਆ ਤਾਂ ਤੁਸੀਂ ਵੀ ਕੁਝ ਖਾ ਲਓ, ਮੈਂ ਵੀ ਕੁਝ ਖਾ ਲੈਣਾ। ਫਿਲਹਾਲ ਇੱਕ ਨਿੱਕੇ ਜਿਹੇ ਵਕਫੇ ਲਈ ਇੱਥੇ ਰੁਕਦੇ ਹਾਂ, ਜਦ ਵਕਫੇ ਤੋਂ ਬਾਅਦ ਆਵਾਂਗੇ, ਕਰਾਂਗੇ ਮੋਇਨਾ ਆਪਣਾ ਬਾਜ਼ਾਰ ਅਟਲਾਂਟਿਕ ਐਵਨਿਊ ਰਿਚਮੰਡ ਹਿੱਲ ਦੇ ਵਿੱਚ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਚਲੋ ਜੀ, ਬ੍ਰੇਕ ਤੋਂ ਬਾਅਦ ਦਾ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਅਤੇ ਹੁਣ ਸਮਾਂ ਹੈ ਜੀ ਕੁਝ ਹੋਰ ਗੱਲਾਂ ਬਾਤਾਂ ਕਰਨ ਦਾ, ਅਤੇ ਮੁਆਇਨਾ ਕਰਨ ਦਾ ਕਿ ਕੋਈ ਕੁਝ ਹੋਰ ਇੱਥੇ ਅਵੇਲੇਬਲ ਹੈਗਾ। ਅਤੇ ਮੈਂ ਵੇਖ ਪਾ ਰਿਹਾ ਇੱਥੇ ਭਾਅ ਜੀ ਦਾਲਾਂ ਪਈਆਂ, ਔਰ ਖਾਸ ਗੱਲ ਇੱਥੇ ਮੌਜੂਦ ਦਾਲਾਂ ਦੀ ਇਹ ਹੈਗੀ ਹੈ ਕਿ ਜਿਹੜੀਆਂ ਤੁਸੀਂ ਇੰਡੀਆ ਦੇ ਵਿੱਚ ਜਾ ਕੇ ਗਰੋਸਰੀ ਸਟੋਰ ਦੇ ਵਿੱਚ ਦੁਕਾਨ ਦੇ ਵਿੱਚ ਤੁਹਾਨੂੰ ਤਾਜ਼ੀਆਂ ਦਾਲਾਂ ਉੱਥੇ ਮਿਲਦੀਆਂ ਸੀਗੀਆਂ, ਸੋ ਉਹ ਵੀ ਇੱਥੇ ਅਵੇਲੇਬਲ ਨੇ। ਕਿਹੜੀ ਕਿਹੜੀ ਦਾਲ ਭਾਅ ਜੀ ਆਪਣੇ ਕੋਲ? ਇੱਕ ਸਪਲਿਟ ਪੀਸ ਨੇ, ਚਿਕ ਪੀਸ ਨੇ, ਉਹ ਬਲੈਕ ਆਈ ਬੀਨਸ ਨੇ। ਰਾਈਟ ਰਾਈਟ ਰਾਈਟ, ਆਪਣੇ ਮੁਤਾਬਿਕ ਬੰਦਾ ਆਪ ਪਸੰਦਾ ਉਹਨੂੰ ਕਿੰਨੀ ਕੁ ਚਾਹੀਦੀ ਹੈ। ਅਤੇ ਫਰੈਸ਼ ਦਾਲਾਂ ਤੁਹਾਡੇ ਕੋਲ ਆਉਂਦੀਆਂ ਹਨ ਔਰ ਤੁਹਾਨੂੰ ਤੁਸੀਂ ਇਹਨੂੰ ਖੁੱਲੀਆਂ ਵੇਚਦੇ ਹੋ, ਰਾਈਟ? ਹਾਂਜੀ ਸਰ ਜੀ, ਸਾਡੇ ਕੋਲ ਪੈਕਿੰਗ ਵੀ ਹਰ ਤਰ੍ਹਾਂ ਦੀ, ਸਰ ਮੈਂ ਤੁਹਾਨੂੰ ਦਿਖਾਉਂਦਾ ਅੱਗੇ ਕਿ ਸਾਡੇ ਕੋਲ ਹਰ ਤਰ੍ਹਾਂ ਦੀ ਦਾਲ ਦੀ ਪੈਕਿੰਗ ਵੀ ਸਭ ਨੇ। ਠੀਕ ਹੈ, ਅਸੀਂ ਆਪ ਖੁਦ ਪੈਕਿੰਗ ਕਰਨੇ ਹਾਂ ਦਾਲਾਂ ਦੀ। ਠੀਕ ਹੈ, ਅਤੇ ਮਤਲਬ ਤੁਹਾਡੇ ਕੋਲ ਖੁੱਲੀਆਂ ਦਾਲਾਂ ਆਉਂਦੀਆਂ ਤਾਂ ਤੁਸੀਂ ਉਹਨੂੰ ਪੈਕ ਕਰਕੇ ਵੀ ਬਕਾਇਦਾ ਤੌਰ ਦੇ ਉੱਤੇ ਦਿੰਦੇ ਹੋ? ਬਿਲਕੁਲ ਸਰ ਜੀ। ਆਪਾਂ ਉਹ ਵੀ ਇੱਕ ਵਾਰੀ ਨਜ਼ਰ ਪਾ ਲੈਂਦੇ ਹਾਂ, ਲੇਕਿਨ ਮੈਂ ਇੱਥੇ ਬਿਲਕੁਲ ਹੈਂਡਮੇਡ ਜਿਹੜੀਆਂ ਮਿਠਾਈਆਂ ਨੇ ਉਹ ਵੀ ਇੱਥੇ ਬਣੀਆਂ ਹੋਈਆਂ ਨੇ। ਪਿੰਕ ਚਮਚਮ ਇੱਥੇ ਮੌਜੂਦ ਹੈ, ਕਾਜੂ ਕਤਲੀ, ਗਾਜਰ ਦਾ ਹਲਵਾ, ਬਦਾਮ ਬਰਫੀ, ਕੋਕੋਨਟ ਬਰਫੀ, ਗੁਲਾਬ ਜਾਮੁਨ, ਯੈਲੋ ਚਮਚਮ ਮੌਜੂਦ ਹੈ, ਰਸਗੁੱਲੇ ਮੌਜੂਦ ਨੇ, ਆਗਰੇ ਦਾ ਪੇਠਾ ਮੌਜੂਦ ਹੈ ਔਰ ਬਰੇਲੀ ਦਾ ਝੁਮਕਾ। ਮਜ਼ਾਕ ਕਰ ਰਹੇ ਹਾਂ, ਲੇਕਿਨ ਆਗਰੇ ਦਾ ਪੇਠਾ ਇੱਥੇ ਅਵੇਲੇਬਲ ਪਿਆ ਹੋਇਆ, ਅਤੇ ਝੁਮਕੇ ਵੀ ਤੁਹਾਨੂੰ ਮਿਲ ਜਾਣਗੇ ਇੱਥੇ ਪੂਰੇ ਸਟੋਰ ਦੇ ਵਿੱਚ। ਮੈਂ ਕਹਿ ਰਿਹਾ ਸੂਈ ਤੋਂ ਲੈ ਕੇ ਹਾਥੀ ਤੱਕ ਇੱਥੇ ਅਵੇਲੇਬਲ ਹੈ, ਅਤੇ ਤੁਸੀਂ ਸੂਈ ਦੀ ਗੱਲ ਕਰੋ ਅਤੇ ਹਾਥੀ ਦੀ ਗੱਲ ਕਰੋ, ਉਹ ਵੀ ਇੱਥੇ ਪਿਆ ਹੋਇਆ।
ਅਤੇ ਭਾਅ ਜੀ ਤੁਸੀਂ ਮੈਨੂੰ ਦਿਖਾ ਰਹੇ ਸੀਗੇ ਕਿ ਤੁਹਾਡੇ ਕੋਲ ਹੋਰ ਵੀ ਵੱਖ ਵੱਖ ਵਰਾਇਟੀਆਂ ਨੇ ਦਾਲ ਦੇ ਵਿੱਚ। ਹਾਂ, ਜੇਕਰ ਤੁਸੀਂ ਨਮਕੀਨ ਖਾਣ ਦੇ ਸ਼ੌਕੀਨ ਹੋ ਤਾਂ ਤੁਸੀਂ ਨਮਕੀਨਾਂ ਦੇ ਵਿੱਚ ਵੀ ਦੇਖ ਸਕਦੇ ਹੋ ਵੱਖ ਵੱਖ ਵਰਾਇਟੀ। ਹਲਦੀਰਾਮ ਜਿਹੜਾ ਇੰਡੀਆ ਦਾ ਬ੍ਰਾਂਡ ਹੈਗਾ, ਉਹਦੀ ਨਮਕੀਨਾਂ ਵੀ ਇੱਥੇ ਬਕਾਇਦਾ ਤੌਰ ਦੇ ਉੱਤੇ ਮੌਜੂਦ ਹੈ, ਅਤੇ ਤੁਸੀਂ ਵੇਖ ਸਕਦੇ ਹੋ ਕਿ ਬੇਸ਼ੁਮਾਰ ਵਰਾਇਟੀਆਂ ਇੱਥੇ ਮੌਜੂਦ ਨੇ। ਤਾਂ ਤੁਸੀਂ ਕੁਝ ਵੀ ਲੈਣਾ, ਧਾਗਾ ਲੈਣਾ, ਸੂਈ ਲੈਣੀ ਹੈ, ਜਾਂ ਫਿਰ ਘਰ ਲੈਣਾ, ਕਰ ਲੈਣਾ, ਘਰ ਤੋਂ ਆਉਣਾ, ਘਰ ਤੋਂ ਆਉਣਾ ਔਰ ਸ਼ੋਪਿੰਗ ਕਰਕੇ ਜਾਣੀ ਹੈ। ਸਭ ਤੋਂ ਖਾਸ ਗੱਲ, ਪਾਰਕਿੰਗ ਦੀ ਸਮੱਸਿਆ ਇੱਥੇ ਨਹੀਂ ਹੈਗੀ, ਪਾਰਕਿੰਗ ਇੱਥੇ ਅਵੇਲੇਬਲ ਹੈ। ਤੁਸੀਂ ਆਰਾਮ ਨਾਲ ਆਪਣੀ ਗੱਡੀ ਜਿਹੜੀ ਹੈ ਪਿੱਛੇ ਪਾਰਕ ਕਰ ਸਕਦੇ ਹੋ, ਔਰ ਬਕਾਇਦਾ ਤੌਰ ਦੇ ਉੱਤੇ ਤੁਹਾਨੂੰ ਹੈਲਪ ਵੀ ਕੀਤੀ ਜਾਂਦੀ ਹੈ ਜੇਕਰ ਤੁਸੀਂ ਇਕੱਲੇ ਆ ਰਹੇ ਹੋ। ਤੁਹਾਨੂੰ ਹੈਲਪ ਦੀ ਲੋੜ ਹੈ ਅਤੇ ਉਹ ਵੀ ਵਲੰਟੀਅਰਸ ਇੱਥੇ ਮੌਜੂਦ ਨੇ, ਤੁਹਾਡੀ ਗੱਡੀ ਤੱਕ ਸਮਾਨ ਰੱਖਦੇ ਹਨ, ਔਰ ਤੁਸੀਂ ਆਰਾਮ ਨਾਲ ਗੱਡੀ ਪਾਰਕ ਕਰਕੇ ਆਪਣੀ ਆ ਸਕਦੇ ਹੋ। ਔਰ ਸਭ ਤੋਂ ਖਾਸ ਗੱਲ, ਇਸ ਸਟੋਰ ਦੀ 24 ਘੰਟੇ ਖੁੱਲ੍ਹਾ। ਜੇਕਰ ਤੁਸੀਂ ਸਵੇਰੇ ਆਪਣੇ ਕੰਮ ਗਏ ਹੋ ਔਰ ਸ਼ਾਮ ਨੂੰ ਤੁਸੀਂ ਗਰੋਸਰੀ ਕਰਨਾ ਚਾਹੁੰਦੇ ਹੋ, ਐਨੀ ਟਾਈਮ ਤੁਸੀਂ ਆ ਸਕਦੇ ਹੋ ਇੱਥੇ। ਲੇਕਿਨ ਉਹਦੇ ਲਈ ਤੁਹਾਨੂੰ ਇਸ ਹੇਠ ਲਿਖੇ ਨੰਬਰ ਦੇ ਉੱਤੇ ਕਾਲ ਕਰਨਾ ਪਏਗਾ, ਜੋ ਕਿ ਨੰਬਰ SMTV ਸਕਰੀਨ ਦੇ ਉੱਤੇ ਚੱਲ ਰਿਹਾ। ਇਸ ਨੰਬਰ ਦੇ ਉੱਤੇ ਕਾਲ ਕਰੋ, ਕੋਈ ਜਾਣਕਾਰੀ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ ਇਸ ਸਟੋਰ ਦੇ ਉੱਤੇ, ਔਰ ਸਾਰੀ ਤੁਹਾਨੂੰ ਜਿਹੜੀ ਜਾਣਕਾਰੀ ਉਹ ਮਿਲ ਜਾਏਗੀ। ਅਤੇ ਫਰੋਜ਼ਨ ਆਈਟਮਸ, ਫਰੋਜ਼ਨ ਪਰੌਂਠੇ, ਸਮੋਸੇ, ਚਪਲੀ ਕਬਾਬ, ਪੈਟੀਜ਼, ਕੱਟ ਵੈਜੀਟੇਬਲਸ। ਟਾਈਮ ਨਹੀਂ ਹੁੰਦਾ ਅੱਜ ਕੱਲ੍ਹ ਸਾਡੇ ਕੋਲ, ਕਿਉਂਕਿ ਸਾਡੀ ਜੋਬਸ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੀਆਂ, ਬਟ ਉਹਦੀ ਵੀ ਸੁਵਿਧਾ ਇੱਥੇ ਉਪਲਬਧ ਹੈ। ਸਬਜ਼ੀਆਂ ਸਰ, ਸਬਜ਼ੀਆਂ ਦੇ ਵਿੱਚ ਜੇਕਰ ਤੁਸੀਂ ਘਰ ਦੇ ਵਿੱਚ ਰੈਡੀਮੇਡ ਕੁਝ ਬਣਾਉਣਾ ਚਾਹੁੰਦੇ ਹੋ ਤਾਂ ਹਲਦੀਰਾਮ ਦੀ ਪੰਜਾਬੀ ਛੋਲੇ ਇੱਥੇ ਮੌਜੂਦ ਨੇ, ਪਾਓ ਭਾਜੀ ਮੌਜੂਦ ਹੈ, ਪਾਲਕ ਪਨੀਰ, ਰਾਜਮਾ, ਅਤੇ ਉਹ ਵੀ ਇੱਥੇ ਮੌਜੂਦ ਨੇ। ਹਰੇਕ ਆਈਟਮ ਹੈ ਸਰ, ਅਲੱਗ ਅਲੱਗ ਮੈਂਗੋ ਰਸ ਮਲਾਈ। ਡੈਜ਼ਰਟ ਦੀ ਗੱਲ ਕਰੀਏ ਤਾਂ ਰਸ ਮਲਾਈ ਇੱਥੇ ਮੌਜੂਦ ਹੈ, ਆਈਸਕ੍ਰੀਮਸ ਮੌਜੂਦ ਨੇ ਇੱਥੇ, ਉਹ ਤੁਸੀਂ ਲੈ ਸਕਦੇ ਹੋ। ਮੈਂ ਭਾਂਡਿਆਂ ਦੀ ਗੱਲ ਕਰ ਰਿਹਾ ਸੀਗਾ, ਅਤੇ ਵਨ ਸਟੋਪ ਸ਼ੋਪ ਆਪਾਂ ਇਹਨੂੰ ਕਹਿ ਸਕਦੇ ਹਾਂ ਕਿ ਇਫ ਯੂ ਆਰ ਕਮਿੰਗ ਫੋਰ ਯੂਰ ਕਿਚਨ ਸਟੱਫ ਐਂਡ ਯੂ ਕੈਨ ਗ੍ਰੈਬ ਲੋਟਸ ਆਫ ਥਿੰਗਸ ਹੇਅਰ। ਕਹਿਣ ਦਾ ਭਾਵ ਕਿ ਜੇਕਰ ਤੁਸੀਂ ਘਰ ਤੋਂ ਚੱਲੇ, ਤੁਹਾਨੂੰ ਲੱਗਿਆ ਕਿ ਮੈਂ ਗਰੋਸਰੀ ਵੀ ਲੈਣੀ ਹੈ, ਅਤੇ ਗਰੋਸਰੀਆਂ ਦੇ ਨਾਲ ਨਾਲ ਪੀਤਲ ਦੇ ਭਾਂਡੇ ਵੀ ਇੱਥੇ ਮੌਜੂਦ ਨੇ, ਔਰ ਬਹੁਤ ਹੀ ਵਧੀਆ ਕੀਮਤਾਂ ਦੇ ਵਿੱਚ ਮੌਜੂਦ ਨੇ, ਬਹੁਤ ਹੀ ਸੋਹਣਾ ਗਿਲਾਸ ਹੈ, ਅਤੇ ਇਹਦਾ ਸੈੱਟ ਤੁਹਾਨੂੰ ਆਰਾਮ ਨਾਲ $10 ਦਾ ਮਿਲ ਜਾਏਗਾ, ਔਰ ਤੁਸੀਂ ਲੈ ਸਕਦੇ ਹੋ। ਵੱਡੀ ਕਢਾਈ ਜੇਕਰ ਤੁਸੀਂ ਘਰ ਦੇ ਵਿੱਚ ਬਲਕ ਦੇ ਵਿੱਚ ਆਪਣਾ ਫੂਡ ਬਣਾਉਣਾ ਚਾਹੁੰਦੇ ਹੋ, ਸੋ ਯੂ ਕੈਨ ਗ੍ਰੈਬ ਦਿਸ ਕਢਾਈ। ਅਤੇ ਡਿਨਰ ਸੈੱਟਸ ਮੌਜੂਦ ਨੇ, ਚਪਾਤੀ ਬੋਕਸਿਸ ਐਂਡ ਆਲ ਦੀ ਡਿਫਰੈਂਟ ਐਸੈਸਰੀਜ਼ ਜੋ ਕਿ ਘਰ ਦੇ ਵਿੱਚ ਲੋਡ ਹੁੰਦੀ ਹੈ, ਉਹ ਵੀ ਇੱਥੇ ਅਵੇਲੇਬਲ ਹੈ। ਜੇਕਰ ਇੰਡੀਅਨ ਟ੍ਰੈਡੀਸ਼ਨ ਦੇ ਵਿੱਚ ਤੁਸੀਂ ਕੁਝ ਵੇਖਣਾ ਚਾਹੁੰਦੇ ਹੋ ਤਾਂ ਮਟਕੇ ਮਿੱਟੀ ਦੇ ਬਣੇ ਹੋਏ ਆ ਬਰਤਨ, ਆਹ ਵੀ ਇੱਥੇ ਮੌਜੂਦ ਨੇ, ਸੋ ਇਹਦੀ ਇੱਥੇ ਇਹ ਵੀ ਤੁਸੀਂ ਆ ਕੇ ਲੈ ਸਕਦੇ ਹੋ। ਅਤੇ ਜਿਵੇਂ ਕਿ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਫਰੂਟਸ ਐਂਡ ਵੈਜੀਟੇਬਲ, ਡਰਾਈ ਫਰੂਟਸ, ਐਨਰਜੀ ਡਰਿੰਕਸ, ਕੈਂਡੀਜ਼, ਜੂਸ, ਫਲੇਵਰਡ ਡਰਿੰਕਸ, ਕੁਕੀਜ਼, ਬਿਸਕਿਟ, ਆਟਾ, ਚੌਲ, ਵਟ ਐਵਰ ਯੂ ਵਾਂਟ। ਆਪਣਾ ਬਾਜ਼ਾਰ, ਐਟਲਾਂਟਿਕ ਐਵੀਨਿਊ, ਇੱਕ ਕਾਲ ਦੂਰ ਹੋਂ। ਜੇਕਰ ਤੁਹਾਡੇ ਜ਼ਿਹਨ ਦੇ ਵਿੱਚ ਕੋਈ ਸਵਾਲ ਹੈ, ਕਾਲ ਕਰੋ ਇਸ ਹੇਠ ਲਿਖੇ ਨੰਬਰ ਦੇ ਉੱਤੇ, ਜਾਂ ਫਿਰ ਵਿਜ਼ਿਟ ਕਰੋ ਆ ਕੇ, ਤਾਂ ਸਪੈਸ਼ਲ ਡਿਸਕਾਊਂਟਸ ਐਂਡ ਆਫਰਸ ਵੀ ਤੁਹਾਡੇ ਲਈ ਰੱਖਿਆ ਗਿਆ। ਭਾਅ ਜੀ, ਜਾਂਦੇ ਜਾਂਦੇ ਕੁਝ ਸੁਨੇਹਾ ਸਾਡੇ ਦਰਸ਼ਕਾਂ ਦੇ ਲਈ। ਦਰਸ਼ਕਾਂ ਲਈ ਸੁਨੇਹਾ ਕਿ ਅਟਲਾਂਟਿਕ ਐਵਨਿਊ 'ਤੇ ਤੁਹਾਡਾ ਆਪਣਾ ਬਾਜ਼ਾਰ ਖੁੱਲ੍ਹ ਚੁੱਕਿਆ ਹੈ, ਇੱਥੇ ਆਓ, ਇੱਥੇ ਅਸੀਂ ਤੁਹਾਡੇ ਲਈ ਫਰੈਸ਼ ਸਬਜ਼ੀਆਂ, ਫਰੂਟਸ, ਹਰ ਇੱਕ ਇੰਡੀਅਨ ਆਈਟਮ ਇੱਥੇ ਅਸੀਂ ਉਪਲਬਧ ਕਰਵਾਈਏ। ਤੁਸੀਂ ਇੱਥੇ ਆਓ, ਸਾਰਾ ਸਮਾਨ ਇੱਥੋਂ ਬਾਏ ਕਰੋ, ਅਤੇ ਇੱਥੇ ਦੇ ਪ੍ਰਾਈਜ਼ ਨੇ ਉਹ ਵੀ ਸਭ ਨਾਲੋਂ ਘੱਟ ਨੇ, ਸਬਜ਼ੀਆਂ ਵੀ ਫਰੈਸ਼ ਨੇ, ਹਫ਼ਤੇ ਤੁਹਾਨੂੰ ਹਰ ਤਰ੍ਹਾਂ ਦੀ ਇੱਥੇ ਫੈਸਿਲਿਟੀ ਦਿੱਤੀ ਜਾਏਗੀ। ਬਕਾਇਦਾ ਕਿ ਪਾਰਕਿੰਗ ਦੀ ਵੀ ਕੁਛ ਹੈਲਪ ਚਾਹੀਦੀ ਹੋਵੇ, ਗਰੋਸਰੀ ਵਿੱਚ ਪਿਕਅਪ ਕਰਨ, ਹਰ ਚੀਜ਼ ਤੁਹਾਡੀ ਹੈਲਪ ਕੀਤੀ ਜਾਵੇ। ਔਰ ਗੰਨੇ ਦਾ ਜੂਸ ਵੀ ਤੁਹਾਨੂੰ ਮਿਲੇਗਾ, ਬਿਲਕੁਲ ਜੀ, ਉਹ ਵੀ ਫਰੈਸ਼। ਐਵੇਂ ਲੱਗੇਗਾ ਕਿ ਜਿਵੇਂ ਤੁਸੀਂ ਆਪਣੇ ਘਰ ਪੰਜਾਬ ਦੇ ਵਿੱਚ ਪੀ ਰਹੇ ਹੋ, ਜਾਂ ਫਿਰ ਤੁਸੀਂ ਇੰਡੀਆ ਦੇ ਵਿੱਚ ਕਿੱਥੇ ਪੀ ਰਹੇ ਹੋ, ਯੂਲ ਗੈਟ ਦੀ ਫਰੈਸ਼ ਸ਼ੂਗਰ ਕੇਨ ਜੂਸ। ਐਂਡ ਉਹ ਭਾਅ ਜੀ ਨੇ ਮਸ਼ੀਨ ਬਕਾਇਦਾ ਤੌਰ ਦੇ ਉੱਤੇ ਬਾਹਰ ਲਾਈ ਹੈ। ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਕਿ $5 ਦੇ ਵਿੱਚ ਇੱਥੇ ਥਾਲੀ ਵੀ ਤੁਹਾਨੂੰ ਮਿਲ ਜਾਂਦੀ ਹੈ, ਜਿਹਦੇ ਵਿੱਚ ਇੱਕ ਸਬਜ਼ੀ, ਇੱਕ ਦਾਲ, ਚੌਲ, ਚਪਾਤੀ, ਨਾਲ ਥੋੜ੍ਹਾ ਜਿਹਾ ਚਾਹ ਅਤੇ ਥੋੜ੍ਹਾ ਜਿਹਾ ਸਲਾਦ, ਉਹ ਵੀ ਮੌਜੂਦ ਹੁੰਦਾ। ਸੋ ਐਵਰੀਥਿੰਗ ਇਜ਼ ਹੇਅਰ, ਵਨ ਸਟੋਪ ਸ਼ੋਪ। ਪੂਜਾ ਦੀ ਜੇਕਰ ਤੁਹਾਨੂੰ ਕੋਈ ਸਮੱਗਰੀ ਚਾਹੀਦੀ ਹੈ, ਉਹ ਵੀ ਇੱਥੇ ਮੌਜੂਦ ਹੈ। ਘਰ ਦੇ ਵਿੱਚ ਤੁਹਾਨੂੰ ਕੋਈ ਵੀ ਰਸਮ ਚਾਹੀਦੀ ਹੈ ਤਾਂ ਉਹ ਇੱਥੇ ਮੌਜੂਦ ਹੈ। ਆਪਣਾ ਬਾਜ਼ਾਰ, ਅਟਲਾਂਟਿਕ ਐਵਨਿਊ, ਅਟਲਾਂਟਿਕ ਐਵਨਿਊ, ਇਹ ਧਿਆਨ ਜ਼ਰੂਰ ਰੱਖਣਾ। ਰਿਚਮੰਡ ਹਿੱਲ ਦਾ ਦਿਲ ਹੈ ਅਟਲਾਂਟਿਕ ਐਵੇਨਿਊ, ਔਰ ਇਸ ਦਿਲ ਦੇ ਵਿੱਚ ਦਿਲ ਦਾ ਰਾਜਾ ਵੀ ਮੌਜੂਦ ਹਨ, ਲਕੀ ਸਿੰਘ ਭਾਅ ਜੀ ਸਾਡੇ, ਜੋ ਕਿ ਇਸ ਪੂਰੇ ਸਟੋਰ ਨੂੰ ਮੈਨੇਜ ਕਰਦੇ ਨੇ। ਅਤੇ ਫਿਲਹਾਲ ਮੈਨੂੰ ਹਰਕੀਰਤ ਸਿੰਘ ਆਲੂਵਾਲੀਆ ਅਤੇ ਮੇਰੇ ਨਾਲ ਲੱਕੀ ਭਾਅ ਜੀ ਹੋਰਾਂ ਨੂੰ ਦੋ ਇਜਾਜ਼ਤ, ਅਤੇ ਕੈਮਰੇ ਦੇ ਉੱਤੇ ਮੌਜੂਦ ਨਵਨੀਤ ਸਿੰਘ, ਥੈਂਕ ਯੂ ਵੈਰੀ ਮੱਚ ਕਿ ਪੂਰਾ ਟਾਈਮ ਕੱਢਿਆ। ਮੈਂ ਜਾਂਦੇ ਜਾਂਦੇ ਇੱਕ ਕਹਿੰਦੇ ਨਾ ਕਿ ਆਖਰੀ ਦੇ ਵਿੱਚ ਇੱਕ ਕੋਈ ਰਸਮ ਪੂਰੀ ਕਰ ਲੈਣੀ ਚਾਹੀਦੀ ਹੈ, ਅਤੇ ਸ਼ਾਹੀ ਕੁਲਫੀ ਮੈਂ ਛਕਦਾ, ਜੇਕਰ ਤੁਹਾਨੂੰ ਸ਼ੱਕ ਨਹੀਂ ਹੈ, ਸੋ ਯੂ ਹੈਵ ਟੂ ਕਮ ਹੇਅਰ ਐਂਡ ਗ੍ਰੈਬ ਦਿਸ ਸ਼ਾਹੀ ਕੁਲਫੀ
फ्रॉम अपना बाजार अटलांटिक एवेन्यू रिचमंड हिल न्यूयॉर्क। सत श्री अकाल। खुल चुका है अटलांटिक एवेन्यू रिचमंड हिल विच तुहाडा अपना बाजार।